तेन पता ही नहीं बेटे। तुम्हें कोई यार देखे तो जलता है दिल, बड़े मुश्किलों से फिर संभलता है दिल। क्या क्या जतन करते हैं तुम्हें क्या पता, ये दिल बेकरार कितना ये हम नहीं जानते, मगर जी नहीं सकते तुम्हारे बिना। हमें तुमसे प्यार कितना। हाँ चल भी बेटे सीधा हो जा, मैं शो कर लो, लेकिन अगर शो मतलब सही कर सकते थे इन्होंने कहा जी असीं कर लांगे। कहिंदा सर जी असीं तुहाडियां कापियां कर लांगे। मैं कहा चलो ठीक है कर लैणा कोई गल नहीं। अच्छा इन्हां नूं तां छड्डो, उह तुसीं वी नाल, वाह वाह तुसीं नाल, वाह फरीद वाह फरीद वाह फरीद क्या बात आ सारे तुसीं ना। मैं तुहानूं कहिंदा ना मैं दसदा तुहानूं, ठहर जाओ एक मिनट, पहले यह दस सब तो पहले यह दस कि मैं ये मैं कदों करदा, यह मैं कदों करदा, कार च बहना नहीं मैं दसिया फैसल, कार च बहना भी दसदा किस तरह मैं उस्ताद लम्मे नहीं दसो ना मेरी गल सुनो। आ मैं कदों इदां इदां मैं कदों करदा वा करदा वा मिनट सारे बह के ना इत्थे होस्टिंग सीखो, देखो फिर बेस्ट कौन करदा, लेकिन तुसी पूरे शो च ਉਹਨੂੰ ਕਰੈਕਟਰ ਨੂੰ ਬਿਠਾਈ ਰੱਖਿਆ। ਅੱਲਾ ਭਲਾ ਕਰੇ, ਇਹ ਵੇਖੋ ਨਾ ਤਾਂ ਨੂਰ ਉੱਡ ਗਿਆ, ਝੂਠ ਬੋਲ ਬੋਲ ਕੇ ਵੇਖ ਤੇਰਾ ਮੂੰਹ ਕਿੱਦਾਂ ਦਾ ਹੋ ਗਿਆ। ਤੁਸੀਂ ਉਹਨੂੰ ਕਿਹਾ ਨਹੀਂ, ਮੈਂ ਕਿਹਾ ਮੈਂ ਯਾਰ ਲੀਟਰ ਵਾਲੀ ਆਈਟਮ ਕਿੰਨੇ ਗਿਆ। ਮੇਰੀ ਗੱਲ ਸੁਣੋ, ਇਹ ਕਹਿੰਦਾ ਮੈਂ ਵਾਂ, ਚੱਲ ਇੱਥੇ ਬਹਿ ਗਿਆ। ਮੈਂ ਹੈਰਾਨ, ਮੈਂ ਕਿਹਾ ਮੈਂ ਜਦੋਂ ਆਇਆ ਤੇ ਅੱਗੇ ਬੈਠਾ, ਮੇਰੇ ਹੋਸ਼ ਉੱਡ ਕੇ ਮੈਂ ਕਿਹਾ ਯਾਰ ਅੱਲਾ ਖੈਰ ਕਰੇ, ਇੱਧਰ ਤੂੰ ਕਿਸ ਹਿਸਾਬ ਸਿਰ। ਕਹਿੰਦਾ ਉਸਤਾਦ ਜੀ ਮੇਰੀ ਜ਼ਿੰਮੇਵਾਰੀ ਲਾ ਕੇ ਗਏ ਆ, ਕਹਿੰਦੇ ਤੂੰ ਸਾਹਮਣੀ ਹੈ ਗੱਦੀ, ਠੀਕ ਹੈ। ਅੱਛਾ ਮੈਂ ਚੁੱਪ ਕਰ ਜਾ, ਚੁੱਪ ਕਰ ਜਾ। ਉਸਤਾਦ ਜੀ ਇਹ ਤੁਸੀਂ ਕਿਹਾ सारी दिहाड़ी उधर फिरदा रहा उस्ताद जी, इंज चोल खा दिया करके खा गया, ठीक है तीन चार गिलास पानी दे उस्ताद जी, इंज किस टाइम कर दे उस्ताद दस दरा है। असल तेरे जिन्ना मैं मुनाफक बंदा कोई नहीं वेख्या है, ਤੂੰ ਕਿੱਡਾ ਮੁਨਾਫਕ ਸਾਰੇ ਕਿਉਂ ਮੈਨੂੰ ਭੇੜਿਆ ਸੀ ਬੇਟੇ। ਕੱਲ ਦੱਸਨੇ ਆ ਮੈਂ ਸਿਰਫ ਉਸਤਾਦ ਜੀ ਦਾ ਹਿਆ ਕਰਦਾ। ਅੱਛਾ ਮੈਨੂੰ ਉਸਤਾਦ ਜੀ ਤੁਸੀਂ ਬਾਛੀਆਂ ਭਾੜ ਦਵਾਂ, ਤੁਸੀਂ ਦੱਸੋ ਤੁਸੀਂ ਇਹ ਇੰਜ ਨਹੀਂ ਕਰਦੇ, ਉਹ ਇੰਜ ਕਰਦੇ, ਉਹ ਨਹੀਂ ਕਰਦੇ। ਉਹ ਤਾਂ ਮੈਂ ਐਕਟ ਰਿਐਕਟ ਕਰਦਾ ਹਾਂ। ਹਾਂ ਇਹਨੇ ਮੈਨੂੰ ਕਿਹਾ ਵਾ, ਇਹਨੇ ਮੈਨੂੰ ਕਿਹਾ ਕਹਿੰਦਾ ਇਦਾਂ ਵੀ ਕਰ। ਨਹੀਂ ਚਲੋ ਠੀਕ ਆ, ਆਹ ਠੀਕ ਆ, ਹਾਂ ਚਲੋ ਮੈਂ ਵਿੱਚ ਵਿੱਚ ਇੰਜ ਕਰਦਾ ਉਹ ਵੀ ਠੀਕ ਆ, ਹਾਂ ਠੀਕ ਆ, ਮੇਰੇ ਇੰਜ ਮੈਂ ਕਰਦਾ ਵਿੱਚ ਜਦੋਂ ਉਹ ਵੀ ਠੀਕ ਆ, ਹਾਂ ਇਹ ਮੈਂ ਕਦੋਂ ਕਰਦਾ। ਫੈਸਲ ਭਾਈ ਨੇ ਕਿਹਾ ਦੱਸ ਦੱਸ ਓਏ ਮੇਰਾ ਨਾਮ ਨਾ ਨਹੀਂ ਮੈਂ ਤੈਨੂੰ ਕਹਿਣਾ, ਮੈਂ ਫੂਜੀ ਗੱਲ ਹੁੰਦਾ ਇੱਧਰ ਇੱਧਰ ਸਿੱਧਾ ਲੰਮੇ ਪੈ ਕੇ ਇੱਧਰ ਨੂੰ ਲੱਤਾਂ ਕਰਕੇ ਮੈਂ ਕਦੋਂ ਕਰਦਾ, ਉਹ ਮੈਂ ਕਦੋਂ ਕਰਦਾ ਮੇਰੀ ਸ਼ੋਅ ਦੀ ਕਾਪੀ ਕਰਨੀ ਸੀ ਜੋ ਮੈਂ ਸ਼ੋਅ ਚ ਕਰਦਾ, ਉਹ ਮੈਂ ਬਾਹਰ ਜੋ ਕਰਦਾ ਤਾਂ ਉਹ ਵੀ ਕਾਪੀਆਂ ਕਰਤੀਆਂ ਸਾਰੀਆਂ। ਬੂਟ ਕਹਿੰਦਾ ਪਹਿਲੇ ਖੱਬਾ ਪੈਰ ਮਾਰ ਕੇ ਨਾ ਉਸਤਾਦ, ਠੀਕ ਹੈ ਲਾਏ ਛੱਤ ਤੇ ਮਾਰ ਕੇ, ਯਕੀਨ ਕਰੋ ਉਸਤਾਦ ਜੀ
उस तो बाद ना तो बस कहिंदा जिहड़ा शहद है ना जिहड़ी चीनी थले पैंदी उहनू हल करके दुबारा रीसाइकलिंग करके वेच दो ठीक है। शैंपू जिहड़ा कहिंदा शैंपू ਉਹ ਵੀ ਕਹਿੰਦਾ 200 ਰੁਪਏ ਦਾ ਸ਼ੈਂਪੂ ਆ ਇੰਜਨ ਜੀ ਉਹ ਇਹਨਾਂ ਟਕੇ ਟਕ ਦੀਆਂ ਗੱਲਾਂ ਤੁਸੀਂ ਕਰਦੇ ਮੈਂ ਤੂੰ ਬਾਹਰ ਨਿਕਲ ਓਏ ਤੂੰ ਤੂੰ ਬਾਹਰ ਆਜ ਫਸ ਝੂਠ ਨਹੀਂ ਬੋਲਦਾ ਬਸ ਤਾਂ ਇਹਨਾਂ ਮੈਂ ਤੁਹਾਨੂੰ ਗੱਲ ਦੀਦਾ ਉਹ ਦਿਨਿਸਤਾ ਦੱਸਾਂਗਾ ਇਹਨਾਂ ਨੇ ਰਿਕਾਰਡਿੰਗ ਰੋਕ ਕੇ ਕਿਹਾ ਕਿ ਆ ਵਾਲਾਂ ਵਾਲੀ ਗੱਲ ਕਰਕੇ ਮੈਂ ਆਪਣਾ ਸ਼ੈਂਪੂ ਲਾ ਬੈਠਾ ਉਹ ਕਿਹਾ ਕਿ ਨਹੀਂ ਕਿਹਾ ਇਹਨੇ ਕਿਹਾ ਵਾ ਹੁਣ ਦੱਸ ਆ ਜਿਸ ਬੰਦੇ ਦੇ ਮੂੰਹ ਤੇ ਨੂਰ ਵਾ ਜਾਂ ਜਿੰਨੇ ਤਰੀਕ ਪੜੀ ਉਹਦੇ ਕੋਲ ਪੁੱਛ ਲੈ ਨੂਰ ਉਹ ਤਰੀਕ ਉਹਨੇ ਕਿਹੜੀ ਪੜੀ ਆ ਤੇ ਤੂੰ ਇਹਦੇ ਕੋਲ ਪੁੱਛ ਲੋ ਅੱਛਾ ਯਾਰ ਮੇਰੀ ਗੱਲ ਸੁਣ ਜਿਹਨੇ ਵੀ ਤੈਨੂੰ ਕਿਹਾ ਤੇ ਤੈਨੂੰ ਕੋਈ ਵੀ ਕਹਿ ਦੇਵੇ ਵੀ ਏਦਾਂ ਕਰ ਤੇ ਤੂੰ ਕਰ ਦੇਂਗਾ ਤੈਨੂੰ ਨਹੀਂ ਪਤਾ ਮੈਂ ਕੀ ਕਰਨ ਲੱਗਾ ਦੱਸ ਮੈਂ ਭਾਈ ਨਾ ਆਪਣੀ ਸਫਾਈ ਚ ਇੱਕੋ ਹੀ ਗੱਲ ਕਹਾਂਗਾ ਤੁਸੀਂ ਮੈਨੂੰ ਕਿਹਾ ਸੀ ਜਿਹੜਾ ਇੱਥੇ ਬੈਠੇ ਉਹਦੀ ਇੱਜ਼ਤ ਕਰਨੀ ਤੂੰ ਆਪਣੀ ਸਫਾਈ ਨਾ ਕਹਿ ਤੂੰ ਕਹਿ ਮੈਂ ਆਪਣੀ ਗੰਦਗੀ ਚ ਇੱਕੋ ਗੱਲ ਕਵਾਂਗਾ ਚਲੋ ਉਹੀ ਗੱਲ ਸਫਾਈ ਕਿਤੇ ਹੁੰਦੀ ਹੈ ਸਫਾਈ ਤੁਹਾਡੇ ਦੋਵਾਂ ਦੀ ਸਫਾਈ ਜ਼ਿੰਦਗੀ ਚ ਨਹੀਂ ਕਦੀ ਹੋਈ ਐਦਾਂ ਹੀ ਵੇਖ ਕਹਿੰਦਾ ਕਹਿੰਦਾ ਮੇਰੇ ਚ ਉਸਤਾਦ ਜੀ ਆ ਗਏ ਮੈਂ ਕੀ ਸੀਆਂ ਕਰਨੀਆਂ ਆ ਆ ਚਵਲਾ ਮਾਰਦਾ ਪਿਆ ਸੀ ਉਸਤਾਦ ਕਿਸ ਤਰ੍ਹਾਂ ਕੀ ਸੀ ਕਰਦਾ ਤੂੰ ਕਹੀ ਸੀ ਮੰਨੂ ਤੂੰ ਮੈਨੂੰ ਕਿਹਾ ਵਾ ਕਿ ਉਸਤਾਦ ਜੀ ਜਦੋਂ ਗਾਣਾ ਗਾਉਂਦੇ ਨੇ ਮੈਂ ਤੁਮ ਸੇ ਪਿਆਰ ਅੱਲਾ ਯੂ ਮੈਨੂੰ ਕਿਹਾ ਮੈਨੂੰ ਕਿਦਾਂ ਕਰਦੇ ਮੇਰੇ ਜ਼ਿਹਨ ਚ ਵੀ ਨਹੀਂ ਕਸਮ ਵਾਲੀ ਗੱਲ ਜੀ ਉਸਤਾਦ ਜੀ ਆ ਜਿਹੜਾ ਤੂੰ ਮੈਨੂੰ ਕਿਹਾ ਕਿ ਇਦਾਂ ਹਾਂ ਇਹ ਵੀ ਤੂੰ ਕਿਹਾ ਵੀ ਉਸਤਾਦ ਜੀ ਇਦਾਂ ਵੀ ਕਰਦੇ ਆ ਪੁੱਛੋ ਯਾਰ ਜਿਨ੍ਹਾਂ ਨੇ ਦੇਖੋ ਗਾਜੀਆਂ ਗਾਜਰਾ ਢਿੱਡ ਉਹਨਾਂ ਦੇ ਪੀੜ ਹੱਕ ਸੱਚ ਦੀ ਆਵਾਜ਼ ਆ ਭਾਈ ਤੁਸੀਂ ਕਿਹਾ ਜਿਹੜਾ ਉਹ ਤੇਰੇ ਲਈ ਆਉਣੀ ਆ ਜਿਹੜਾ ਇੱਥੇ ਬਿਆ ਤੁਸੀਂ ਉਹਦੀ ਇੱਜ਼ਤ ਕਰਨੀ ਮੈਂ ਉਹਦੀ ਇੱਜ਼ਤ ਹਾਂ ਤੇ ਮੈਂ ਤੁਹਾਨੂੰ ਕਿਹਾ ਸੀ 5-5 ਮਿੰਟ ਸਾਰਿਆਂ ਨੇ ਬਹਿਣਾ ਇਹ ਕਿਹਾ ਗਿਆ ਸੀ ਬਿਲਕੁਲ ਜੀ ਕਿਹਾ ਤੇ ਤੁਸੀਂ ਪੂਰੇ 30 ਮਿੰਟ ਉਹਨੂੰ ਦੇਤੇ ਉਹਨੇ ਕਸਮ ਕਹਿੰਦਾ ਮੈਨੂੰ ਉਸਤਾਦ ਜੀ ਕਹਿ ਕੇ ਮੈਂ ਆਲ ਇੰਡਾ ਲਾ ਆ ਵੇਖ ਆ ਵੇਖ ਆ ਵੇਖ ਉਸਤਾਦ ਜੀ ਵੇਖੋ ਤੁਸੀਂ ਕਰਨ ਦੇ ਹੁਣ ਇਹਦਾ ਕਦੋਂ ਗੁੱਸਾ ਹੋਇਆ ਓਏ ਉਹ ਤਾਂ ਗੱਲ ਠੀਕ ਆ ਉਸਤਾਦ ਜੀ ਇੰਨੇ ਦੀ ਕਦੋਂ ਕਰਦੇ ਆ ਇੰਨੇ ਦੀ ਕਰਦੇ ਆ ਦੱਸ ਮੈਨੂੰ ਇੰਨੇ ਦੀ ਕਦੋਂ ਕਰਦੇ ਆ ਇਹ ਵੀ ਮੈਂ ਵਿਖਾ ਦਿਆਂ ਮੇਰੀ ਗੱਲ ਸੁਣ ਮੈਂ ਕਰ ਦੋ ਜਾਣ ਓਏ ਇਹ ਗੱਲਾਂ ਤੇ ਸਾਰੀ ਦੁਨੀਆ ਜਾਣਦੀ ਹਾਂ ਚਲੋ ਵਾਲਾ ਕਿਉਂ ਕਿੰਨੇ ਦਿੱਤਾ ਯਾਰ ਇੱਕ ਮਿੰਟ ਹਰ ਉਸਤਾਦ ਜੀ ਇੱਥੇ ਇੱਥੇ ਕਰਕੇ ਐਡਾ ਨਿਸ਼ਾਨ ਪੈ ਜੇ ਕਿੱਦਾਂ ਦਾ ਲੱਗੇਗਾ ਮੈਂ ਅੱਜ ਕੋਣੀ ਮਾਰਨੀ ਤੇਰੇ ਮੂੰਹ ਤੇ ਚਲੋ ਯਾਰ ਠੀਕ ਆ ਕੋਈ ਗੱਲ ਨਹੀਂ ਮੈਂ ਕਹਿ ਗਿਆ ਸੀ ਮੈਂ ਕਹਿ ਕੇ ਗਿਆ ਸੀ ਪਰ ਮੈਂ ਇਹ ਨਹੀਂ ਸੀ ਕਹਿ ਗਿਆ ਵੀ ਤੂੰ ਇਕੱਲਾ ਹੀ ਬਹਿ ਕੇ ਸਾਰਾ ਸਜਾਦ ਜਾਨੀ ਬਣ ਜਾ ਫੈਸਲ ਭਾਈ ਬਣਾਉਣ ਵਾਲੇ ਆ ਉਹਨੂੰ ਉਹ ਵਿਚਾਰਾ ਮਾਸੂਮ ਉਹ ਕਹਿੰਦਾ ਰਿਹਾ ਮੈਂ ਨਹੀਂ ਬਹਿਣਾ ਔਰ ਹੁਣ ਮੈਂ ਇੱਕ ਗੱਲ ਕਰਨ ਲੱਗਾ ਵਾ ਤੁਸੀਂ ਉਹਦੀ ਅੱਗ ਵੇਖਣਾ ਕਿਵੇਂ ਲੱਗਦੀ ਇਹਨੂੰ ਵਾ 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 ਅੱਗ ਵੇਖਣਾ ਤੁਸੀਂ ਕਿ ਸੱਚੀ ਪੁੱਛੀ ਮੈਂ ਤੁਹਾਨੂੰ ਗੱਲ ਕਰਨ ਲੱਗਾ ਕਿ ਕਮ ਅਜ਼ ਕਮ 1 ਸਾਲ ਹੋ ਗਿਆ ਐ ਮੈਂ ਸ਼ਰਟ ਲੱਭ ਰਿਹਾ ਆਪਣੀ 1 ਸਾਲ ਹੋ ਗਿਆ ਕਮ ਅਜ਼ ਕਮ ਇਹਨੇ ਹੁਣ ਅੱਗੋਂ ਬਕਵਾਸ ਕਰਨੀ ਆ ਇਹਨੇ ਕਹਿਣਾ ਜੇ ਸ਼ੇਖ ਫਲਾਣੇ ਢੋਲ 1 ਸਾਲ ਹੋ ਗਿਆ ਮੈਂ ਸ਼ਰਟ ਲੱਭ ਰਿਹਾ ਔਰ ਮੈਂ ਜਦੋਂ ਦਾ ਸ਼ੋਅ 'ਚ ਬੈਠਾ ਮੈਂ ਸੋਚ ਰਿਹਾ ਯਾਰ ਇਹ ਮੈਂ ਕਿੱਥੇ ਵੇਖੀ ਆ ਉਸਤਾਦ ਜੀ ਇਹਨੇ ਕਿਹਾ ਮੈਂ ਜਿਹੜੀ ਮਰਜ਼ੀ ਸ਼ਰਟ ਪਾ ਲਵਾਂ ਜੋ ਮੇਰਾ ਕਿਸੇ ਨੇ ਵਿਗਾੜਨਾ ਵਿਗਾੜ ਲੈਣਾ ਆ ਵੀ ਸ਼ਰਟ ਆਹ ਉਸਤਾਦ ਜੀ ਇਹਨੇ ਸ਼ਰਟ ਤਾਂ ਮੈਂ ਕਿਹਾ ਕੱਲ ਉਸਤਾਦ ਜੀ ਮੈਂ ਤੈਨੂੰ ਹੁਣ ਕਹਿੰਦੇ ਆ ਨਹੀਂ ਕੱਲ ਆ ਪਾਈ ਸੀ ਤੂੰ ਨਹੀਂ ਉਸਤਾਦ ਜੀ ਮੈਂ ਤਾਂ ਫੇਰ ਆਹੀ ਪਾਈ ਸੀ ਨਹੀਂ ਉਹ ਡੱਬੀਆਂ ਵਾਲੀ ਸੀ ਕੱਲ ਆਹੋ ਉਹ ਵੀ ਉਸਤਾਦ ਜੀ ਸਾਹਿਬ ਗੱਲ ਇਹ ਹੈ ਕਿ ਨੋ ਡਾਊਟ 5-7-8 ਹਜ਼ਾਰ ਰੁਪਏ ਦੀ ਸ਼ਰਟ ਆ ਉਹਦਾ ਕੋਈ ਰੋਲਾ ਨਹੀਂ ਉਸਤਾਦ ਜੀ ਇਹ ਮੇਰੀ ਸ਼ਰਟ ਵਾ ਤੁਸੀਂ ਬਸ ਮੈਨੂੰ ਪਤਾ ਸੀ ਤੂੰ ਕਹਿਣਾ ਕਿ ਹਾਂਜੀ ਉਸਤਾਦ ਜੀ ਤੁਹਾਡੀ ਆ ਤੂੰ ਕਹਿਣਾ ਬਾਕੀ ਮੈਂ ਤੇਰੀ ਸਾਈਡ ਨਹੀਂ ਲੈਣਾ ਜਿਹੜੀ ਤੇਰੀ ਹੁੰਦੀ ਹੈ ਨਾ ਉਹ ਇਦਾਂ ਤੇਰੀ ਢਿੱਡ ਦੀ ਵਜ੍ਹਾ ਤੋਂ ਬਟਨ ਟੁੱਟੇ ਹੁੰਦੇ ਆ ਆ ਖੁੱਲੀ ਆ ਤੈਨੂੰ ਨਾ ਕਰਿਆ ਕਰੋ ਯਾਰ ਚੱਲ ਮਾਫੀ ਮੰਗ ਉਸਤਾਦ ਯਾਰ ਮਾਫੀ ਮੰਗੋ ਯਾਰ ਗਲਤ ਕੀਤਾ ਹੀ ਗਲਤ ਬਾਤ ਚੱਲ ਬਗੈਰਤ ਜਿਹਾ ਟਬਲ ਜਿਹਾ ਨਾ ਹੋਵੇ ਤਾਂ ਠੀਕ ਇਹ ਕਿਸੇ ਦੀ ਸ਼ਰਟ ਉਸਤਾਦ ਜੀ ਨਹੀਂ ਗਲਤ ਕੀਤਾ ਇਹਨੇ ਕੀਤਾ ਹੀ ਗਲਤ ਕੀਤੀ ਹੈ ਨਹੀਂ ਉਸਤਾਦ ਜੀ ਇਹਨੇ ਗੱਲ ਗੁਸਤਾਖੀ ਕੀਤੀ ਠੀਕ ਹੈ ਨਾ ਇਹਨੇ ਗੱਲ ਗੁਸਤਾਖੀ ਕੀਤੀ ਗੱਲ ਆਪਣਾ ਨਾ ਸ਼ਲਵਾਰ ਦਾ ਪਹੁੰਚਾ ਉੱਤੇ ਕਰਕੇ ਫਿਰਨ ਡਿਆ ਕਹਿੰਦਾ ਭਾਈ ਮੇਰੇ ਚ ਉਸਤਾਦ ਆਇਆ ਵਾ ਉਸਤਾਦ ਇਹਨੂੰ ਕਦੋਂ ਕਰਦਾ ਵਾਲੇ ਦੱਸ ਮੈਨੂੰ ਮੈਂ ਕਹਿੰਦਾ ਭਾਵੇਂ ਕੋ ਰਹਿਣ ਦੇ ਫੈਸਲੇ ਕੋ ਮੰਗ ਲਾ ਉਹ ਬਹੁਤ ਹੀ ਮਨਾਫਕਤ ਕਰਨ ਡਿਆ ਵਾ ਇਹਨੀ ਫੈਸਲੇ ਇਹਨੇ ਬੜਾ ਇਹ ਉਹ ਕਰੈਕਟਰ ਆ ਅੱਲਾ ਦੀ ਕਸਮੇ ਆ ਉਹ ਕਰੈਕਟਰ ਆ ਜਿਹੜਾ ਲੋਕੀ ਕਹਿੰਦੇ ਸੀ ਨਹੀਂ ਯਾਰ ਫਰੀਦ ਕੱਚਾ ਵਾ ਫਰੀਦ ਫਲਾਣਾ ਵਾ ਫਰੀਦ ਘਬਰਾ ਜਾਂਦਾ ਵਾ ਫਰੀਦ ਦੇ ਤਰੇਲੀਆਂ ਆ ਜਾਂਦੀਆਂ ਨੇ ਸਟਾਰਟ ਸਟ ਤੇ ਇਦਾਂ ਹੀ ਸੀ ਤੇ ਵੇਖ ਲਓ ਹੁਣ ਫਰੀਦ ਕੱਲ ਲੱਗਾ ਮੇਰੀ ਕਮੀ ਮਹਿਸੂਸ ਹੀ ਹੋਈ ਗਈ ਮੈਨੂੰ ਯਕੀਨ ਕਰੋ ਬਹੁਤ ਕਸਮੇ ਯਾਰ ਮੈਨੂੰ ਇੰਜ ਲੱਗਾ ਕਿ ਮੈਂ ਮਤਲਬ ਨਹੀਂ ਵੀ ਹੈਗਾ ਤੇ ਕੋਈ ਰੋਲਾ ਨਹੀਂ ਪ੍ਰੋਗਰਾਮ ਬੰਦ ਹੋ ਜਾਣਾ ਹੈ ਚੱਪਲਾ ਮਾਰੋ ਯਕੀਨ ਕਰ ਕੋਈ ਨਹੀਂ ਟੈਨਸ਼ਨ ਨਾ ਕਿਹਾ ਵੀ ਸੀ ਗਲਾਸਲੀਨ ਪਾਲਿੰਗ ਗਲਾਸਲੀਨ ਪਾਲਿੰਗ ਮੈਨੂੰ ਡਰ ਪੈ ਗਿਆ ਮੈਂ ਕਿਹਾ ਯਾਰ ਇੱਕ ਮੈਨੂੰ ਖੁਸ਼ੀ ਵੀ ਹੋਈ ਕਿ ਚਲੋ ਯਾਰ ਅਗਰ ਖੁਦਾ ਦਾ ਖਾਸਤਾ ਮੈਂ ਨਹੀਂ ਵੀ ਹੁੰਦਾ ਤੇ ਚਲੋ ਪਿੱਛੋਂ ਪ੍ਰੋਗਰਾਮ ਤੇ ਇਹ ਸਾਬਣ ਜੋਗੇ ਤੇ ਹੋਏ ਹੀ ਨਹੀਂ ਬਾਕੀ ਇੱਕ ਮੈਨੂੰ ਮੇਰੇ ਦਿਲ ਚੋਂ ਅੱਲਾ ਰਹਿਮ ਕਰੇ ਆਪਣੀ ਗੱਲ ਕਦੇ ਨਾ ਸੋਚਿਆ ਤੁਹਾਡੇ ਬਗੈਰ ਉਸਤਾਦ ਜੀ ਅਲਹਮਦੁਲਿਲਾ ਸੀ ਸਾਰਾ ਕੁਝ ਦੇਖਿਆ ਇਹ ਹੁੰਦੀ ਆ ਜਿਹੜੇ ਸਹੀ ਨਸਲੀ ਨੇ ਨਾ ਹੁੰਦੇ ਹਾਂਜੀ ਉਹ ਸ਼ਿਕਰਤ ਸੋਰੀ ਨਹੀਂ ਕੀਤੀ ਉਹਨਾਂ ਨੇ ਤੁਹਾਡੇ ਕੋ ਹਾਂ ਪਿੱਛੋਂ ਪਰਸ ਚੋਂ 1000 ਰੁਪਇਆ ਲੈ ਗਿਆ ਕੱਢ ਕੇ ਉਸਤਾਦ ਜੀ ਯਕੀਨ ਕਰੋ ਅੱਜ ਮੈਂ ਆਪਣੇ ਦਿਲ ਦਾ ਗੁਬਾਰ ਕੱਢਣਾ
जो जिद को होंगे कर लो उस्ताद फैर मारे ये वो मैं वेख लांगा दूर हो गई गए यकीन करो हर सुनी सुनी शायद मतलब ऐसी जिहड़ी खुशी दिंदी बंदे ने वो अज मेरे नाल आ ज्यों ज्यों मैं दूर जाई जा रहा सी बहुत मैनू यकीन कर उस्ताद जी मेरा कंपैरिजन इन्हां नाल ना करया करो मैं तुहानूं किन्नी वारी कहा है मैं ते बाहर बूहे वल वेख वेख कह रहा सी कि उस्ताद जी किते आ ना जाण मैं रस्ते चो रोटी खाधी एक जगह तो यार मैं कला मैं यकीन कर शुक्र मैं अदा किया मैं यार मतलब मेरे मैं बुरकी अंदर पावा तो बुरकी बाव जी थले नू जावे नहीं नहीं अंदर नू टेडल नू यकीन कर ताड़े बगैर मैं अंज बुरकी पावा बुरकी मूँह च पावा बुरकी अंज थले नू जावे यकीन कर मैं नहीं मैं अज ही तो होटल तो रुकिया उतों मैं दाल लई क्योंकि दाल शौक ना खाना ना तो मैं उतों दाल लई तो मैं हूँ अद्धी दाल जी ना वो मैं अपनी लो अद्धी दाल खा ली मैंने यही सी अगली शहर से कित ये ना बैठा हो मैं फिर पूरी दाल खा के ते अचार वेख के मैं याद आई मैं अचार ये बड़े शौक ना खाता सी चलो अज मतलब मैं खा लांगा थोड़ा जा उदा तो बचता नहीं हुंदा नहीं उस्ताद जी सच पूछना दफ्तर एकदम सानू इतो हर चीज जी वड खी उस्ताद जी ताडे हुंदे आ याद भी बड़ी आई जिन्नी बारी भी बैल बजी ना मैनू यही यार कोई होर ही है कसमे मैं बाहर गया भैन मैं ताड़ी इन्नी याद आई थोड़ी चिकर च पैर चला गया उठे ना करया करो मेरे उस्ताद दे मतलब ना फरीद मैं कल लाहौरों यकीन कर हालांकि मैं उत्थे रुकना सी लेकिन मैं कह नहीं यार बच्चे कले ने पिछों ते 100 कीमती चीजा उत्थे पईआं ने मैं दौड़ लाई लाहौरों फौरन मैं आके सब तो पहले अपने कैमरे गिने मैमरी कार्ड गिने मैनू खिच 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 पैन लग पई मैं कह यार अभी घंटा दो घंटे लेट हो जावा उ 12 बजे नेरा हो जाता वा तो मैं जावा तो उ मैमरी कार्ड ना लभन तो सवेर नू किन्ने मनना तो शेख साहब हुणे ही निकलो दरवाजा खोले अंदर कोई भी नहीं देख के ना एकदम यार मेरा दिल हस पिया वाह लेकिन उस्ताद जी ये वक्त तुहाडे नाल बहारा नहीं नहीं यार यही पहचान होंदी आ जिहड़े खानदानी लोग होंदे ना वो नहीं इदां दे हुंदे हाँ यही पहचान होंदी चवला मार कल मैनूं कहिंदा कैमरा टुटिया वी अरसा हो गया इन्हें गया कल गया कहिंदा कैमरा टुटिया अच्छा तुसीं इंज हथ रख के कोई गल कर सकदे हो नहीं कोई गल नहीं बहरहाल उस्ताद जी इह बहरहाल उस्ताद जी गल इह है कि गल 2-4-5 हज़ार की शर्ट की नहीं होंगी गल हों के दस्यो बगैर हम मेरी एक ब्राउन कलर की शर्ट की जेब से बॉस लिखा BOSS बॉस हरे रंग में मुनाफक बंदा मुनाफक बंदा तेन मैं मैं एक बंद की गल याद आ गई बड़े बंदे को इट्स नेवर टू डाई फॉर एक्सप्लेन के मुनाफक के अगर सिंह होंगे तू 12 सिंह होना सी वैसे 2-4 महीने चला जाना तेन मैं कहना यार टी टाइम तुसी करो यार पिछो टी टाइम बंद नहीं करना तेन की लगता कि मतलब कर लो गे टी टाइम उल्टियां बाजियां ला दिया तू क्या फरीद सिर्फ लिटिया कुछ नहीं चवला मारन डे
ਭਾਜੀ ਉਹਦਾ ਇੰਨਾ ਦਿਮਾਗ ਹੈ ਕਿ ਉਹ ਆਪਣੇ ਦਿਮਾਗ ਨਾਲ ਇੰਨੀ ਆਈਟਮ ਕਰ ਲਈ ਉਹਦਾ ਫਰੀਜ ਜਿਹੜਾ ਉਹ ਇਹ ਜਾਣਦੇ ਸਿਰਫ ਇਹਨਾਂ ਦਾ ਖਾਣ ਟਾਈਮ ਦਿਮਾਗ ਹੁੰਦਾ ਵਾ ਹਾਂ ਸਰ ਜੀ ਜੇ ਤੁਸੀਂ ਫਰਜ਼ ਕਰੋ ਬਾਹਰ ਚਲੇ ਜਾਂਦੇ ਹੋ ਨਾ ਇਨਸ਼ਾਅੱਲਾ ਇਸ ਚੈਨਲ ਨੂੰ ਕੋਈ ਅਸੀਂ ਪਾਂਚ ਵੀ ਨਹੀਂ ਆਣ ਦਿਆਂਗੇ ਮੈਂ ਉਸਤਾਦ ਜੀ ਇਸ ਚੈਨਲ ਲਈ ਦਿਨ ਰਾਤ ਮਿਹਨਤ ਕਰਾਂਗਾ ਤੇ ਮੈਂ ਗਾਰਮੈਂਟਸ ਦੀ ਬਾਹਰ ਦੁਕਾਨ ਬਣਾਉਣੀ ਦਿਨ ਰਾਤ ਮਿਹਨਤ ਜਿੱਦਾਂ ਵੀ ਹੋ ਸਕੇ ਅੱਛਾ ਯਾਰ ਇਹਨੂੰ ਗਾਰਮੈਂਟਸ ਪਈ ਹੈ ਗਾਰਮੈਂਟਸ ਜਦੋਂ ਇਹਨੂੰ 3 ਸਾਲ ਹੋ ਗਏ ਇੱਕੋ ਗੱਲ ਕਰ ਅੱਜ ਵੀ ਅੰਦਰ ਬੈਠਾ ਪਤਾ ਕਹਿੰਦਾ ਉਸਤਾਦ ਜੀ ਗਾਰਮੈਂਟਸ ਸਾਰਾ ਕੰਮ ਕਰੀਏ ਕਿਹੜਾ ਗਾਰਮੈਂਟਸ ਤੇਰੇ ਦਿਮਾਗ ਨੂੰ ਚੜੀ ਸ਼ਲਟਾਂ ਦੇ ਇੱਕ ਦਿਨ ਇਹਨੂੰ ਬਿਮਾਰੀ ਪੈ ਗਈ ਮੈਨੂੰ ਕਹੀ ਜਾਵੇ ਅੱਛਾ ਇਹਦਾ ਤੂੰ ਹਿਸਾਬ ਲਾ ਡਾਕਟਰ ਕੋਲ ਗਿਆ ਵਾ ਡਾਕਟਰ ਨੂੰ ਕਹਿੰਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨੇ ਕਿਹਾ ਤੂੰ 2000 ਤੱਕ ਗਿਣਤੀ ਗਿਣਿਆ ਕਰ 2000 ਤੱਕ ਗਿਣਤੀ ਗਿਣਿਆ ਕਰ ਅਤੇ ਤੈਨੂੰ ਨੀਂਦ ਆਈ ਅਗਲੇ ਦਿਨ ਨੀਂਦ ਨਾਲ ਅੱਖਾਂ ਭਰੀਆਂ ਅਤੇ ਆ ਕੇ ਬਹਿ ਗਿਆ ਡਾਕਟਰ ਕੋਲ ਉਹਨੇ ਕਿਹਾ ਕੀ ਹੋਇਆ ਕਹਿੰਦਾ ਯਾਰ ਡਾਕਟਰ ਸਾਹਿਬ 1000 ਤੱਕ ਮੈਂ ਗਿਣਦਾ ਸੀ ਅਤੇ ਮੈਨੂੰ ਨੀਂਦ ਆ ਜਾਂਦੀ ਸੀ ਫਿਰ ਮੈਂ ਚਾਹਵਾਂ ਪੀ ਪੀ ਕੇ ਜਾਗ ਕੇ ਅਤੇ ਕਹਿੰਦਾ ਮੈਂ 2000 ਤੱਕ ਪੂਰੀ ਗਈ ਕਹਿੰਦਾ ਮੈਂ 900,000 ਤੱਕ ਜਾਣਾ ਸੀ ਮੈਨੂੰ ਨੀਂਦ ਆਈ ਸੀ ਫਿਰ ਕਹਿੰਦਾ ਮੈਂ ਉੱਠ ਕੇ ਬਹਿ ਕੇ ਚਾਹਵਾਂ ਪੀ ਪੀ ਕੇ ਜਾ ਕੇ ਪੂਰੀ 2000 ਪੜੀ ਉਸ ਤੋਂ ਬਾਅਦ ਮੈਨੂੰ ਹੁੰਦਾ ਕਿ ਨੀਂਦ ਨਹੀਂ ਆਈ ਯਾਨੀ ਮੈਂ ਪੂਰੀ ਕਰਨ ਦੇ 2000 ਪੂਰੇ ਕਰਨ ਦੇ ਡਾਕਟਰ ਨੂੰ ਚੌਕੀਦਾਰ ਦਾ ਸ਼ੌਕ ਚੜ ਗਿਆ ਮੈਂ ਚੌਕੀਦਾਰ ਇਹਨੂੰ ਅਜੀਬ ਇਹਨੂੰ ਇਹਨੂੰ ਫੋਬੀਆ ਵਾ ਕੋਈ ਨਾ ਕੋਈ ਇਹਨੂੰ ਫੋਬੀਆ ਬੇਦਾਰ ਇਹਨੂੰ ਫੋਬੀਆ ਇੱਕ ਦਿਨ ਕਹਿੰਦਾ ਮੈਂ ਚੌਕੀਦਾਰੀ ਕਰਨੀ ਹੈ ਇਹਦੇ ਦੌਰੇ ਪੈਂਦੇ ਇਹਨੂੰ ਇੱਦਾਂ ਦੇ ਔਰ ਇਹ ਨਾਲ ਪੂਰਾ ਇਹ ਮੇਰੇ ਸਾਹਮਣੇ ਕਰ ਰਹੇ ਨਾ ਦੋਵੇਂ ਇੱਕ ਇਹਨਾਂ ਨੇ ਇਹਨੇ ਡਾਇਰੈਕਟ ਦਫ਼ਤਰ ਨਹੀਂ ਆਉਣਾ ਇਹਨੇ ਇਹਦੇ ਘਰ ਜਾਣਾ ਇਹਨੂੰ ਠਾਉਣਾ ਵਾ ਇਹਨੇ ਉੱਠ ਕੇ ਪਹਿਲੇ ਗਲੀ 'ਚ ਅਵਾਗੋਣ ਵਾਂਗੂ ਏਦਾਂ 5-7 ਚੱਕਰ ਲਾਉਣੇ ਨੇ ਐਵੇਂ ਫਿਰ ਐਵੇਂ ਨਵੇਂ ਨਵੇਂ ਨਾਮ ਲੱਭ ਕੇ ਉਹਨਾਂ ਨੂੰ ਵਾਅਦਾ ਲੈ ਜਾਂਦਾ ਐਵੇਂ ਕਾਸਮ ਹੈ ਹੀ ਕੋਈ ਨਹੀਂ ਕਾਸਮ ਫਿਰ ਲਿਖ ਲੈਂਦਾ ਵਾ ਕੇ ਕਾਸਮ ਹੁਣ ਅੱਗੇ ਤੋਂ ਕੱਲ੍ਹ ਨੂੰ ਮੈਂ ਅਕਰਮ ਨੂੰ ਆਵਾਜ਼ ਦੇਣੀ ਕੋਈ ਵੀ ਨਹੀਂ ਉੱਥੇ ਇੱਦਾਂ ਦਾ ਬੰਦਾ ਐਵੇਂ ਪਤਾ ਨਹੀਂ ਕੀ ਮੈਂਡ ਕਰਕੇ ਇਹ ਪਿੱਛੇ ਬੈਠਾ ਰਹਿੰਦਾ ਮੁੜ ਕੇ ਇਹਨੇ ਕਹਿਣਾ ਚਾਹ ਬਣਾ ਦਿਓ ਇਹਨਾਂ ਨੇ ਚਾਹ ਪੀਣੀ ਅਤੇ 3:30 ਵਜੇ 3 ਵਜੇ ਇਹਨਾਂ ਨੇ ਦਫ਼ਤਰ ਆਉਣਾ ਠੀਕ ਆ ਜੀ ਅਤੇ ਇੱਥੇ ਆਉਂਦਿਆਂ ਹੁਣ ਆਪਸ 'ਚ ਇਹਨੇ ਵੀ ਇੱਦਾਂ ਹੀ ਇਹ ਨਹੀਂ ਆਇਆ ਅਤੇ ਇਹ ਬੈਠਾ ਵਾ ਤਿਆਰ ਹੋ ਕੇ ਇਹਨੇ ਆਉਣਾ ਅਤੇ ਦੋਵਾਂ ਨੇ ਆਉਣਾ ਅਤੇ ਜਾਣ ਲੱਗਿਆ ਦੋਵਾਂ ਨੇ ਜਾਣਾ ਇਕੱਠੇ ਹਾਂ ਇੱਕ ਜਣਾ ਆਉਂਦਾ ਅੰਦਰ ਉਸਤਾਦ ਜੀ ਮੈਂ ਜਾਵਾਂ ਮੈਂ ਕਹਾਂ ਆ ਜਾ ਫੈਸਲ ਵੀ ਜਾਵੇ ਹਾਂ ਪੁੱਛ ਲੇ ਇੰਜ ਦੋਵੇਂ ਕਰਦੇ ਨੇ ਅਤੇ ਇੱਥੇ ਬੈਠੇ ਵੇਖ ਉਸਤਾਦ ਜੀ ਇੱਕ ਗੱਲ ਮੈਂ ਪੁੱਛਣੀ ਸਿਰਫ ਯਾਰ ਪੈਂਦਾ ਇੰਜ ਕਰਕੇ ਪੈਂਦਾ ਇੱਕਦਮ ਨਹੀਂ ਨਹੀਂ ਇੱਕ ਗੱਲ ਮੈਨੂੰ ਸਿਰਫ ਦੱਸੋ ਉਸਤਾਦ ਜੀ ਮੈਨੂੰ ਵੀ ਨਹੀਂ ਪਤਾ ਅੱਲਾ ਦੀ ਕਿਸਮ ਮੈਨੂੰ ਨਹੀਂ ਪਤਾ ਅੱਛਾ ਉਸਤਾਦ ਜੀ ਕਹਿੰਦੇ ਉਹ ਫਰੀਦ ਕਹਿੰਦਾ ਉਹ ਕੂੜੇ ਵਾਲੇ ਦੀ ਛੁੱਟੀ ਕਰਾਤੀ ਉਸਤਾਦ ਕਹਿੰਦੇ ਸੀ ਮੈਂ ਆਪ ਹੀ ਕੂੜਾ ਸਿੱਟਣ ਮੈਂ ਕੋਈ ਗੱਲਾਂ ਨਹੀਂ ਇੱਦਾਂ ਦੀਆਂ ਉਹ ਨੇ ਵੀਡੀਓ 'ਚ ਕਿਹਾ ਕੱਲ ਮੈਂ ਨਹੀਂ ਕਿਹਾ ਉਹਨੂੰ ਮੈਂ ਨਹੀਂ ਉਹਨੂੰ ਇਹ ਗੱਲ ਕਹੀ ਚਲੋ ਉਹਨੇ ਕਿਹਾ ਨਾ ਕੂੜੇ ਉਹ ਵੈਸੇ ਮਜ਼ਾਕ ਕਰਦਾ ਪਿਆ ਸੀ ਉਹ ਕਹਿੰਦਾ ਸੀ ਸਾਰਾ ਕੁਝ ਹੀ ਫੇਕ ਸੀ ਉਹ ਕਿਹੜਾ ਕੋਈ ਲਵ ਫੈਸਲ ਆ ਵੇ ਖੁਦਾ ਦਾ ਨਾ ਮੁਨਾਫਕ ਆਦਮੀ ਹੈ ਤੂੰ ਉਹ ਦਾ ਨਹੀਂ ਮਤਲਬ ਇੱਕ ਚੀਜ਼ ਹੁੰਦੀ ਨਾ ਮੈਂ ਅਗਰ ਇੱਕ ਵਾਰੀ ਅੱਜ ਕੀਤਾ ਇਹਨੇ ਜ਼ਰਾ ਨੂੰ ਥੋੜਾ ਵਧਾ ਕੇ ਐਂ ਕਰ ਦਿੱਤਾ ਠੀਕ ਬਸ ਉਹ ਸਫਾਈ ਵਾਲੇ ਦੀ ਵੀ ਛੁੱਟੀ ਨਹੀਂ ਸਫਾਈ ਵਾਲੇ ਦੀ ਮੈਂ ਕੋਈ ਛੁੱਟੀ ਨਹੀਂ ਕਰਾਉਣੀ ਉਹ ਕਹਿੰਦਾ ਉਸਤਾਦ ਜੀ ਕਹਿੰਦੇ ਮੈਂ ਆਪ ਹੀ ਕਰਿਆ ਯਾਰ ਮੈਂ ਕੂੜਾ ਸਿੱਟ ਗਿਆ ਯਾਰ ਵੇਖੋ ਆਪ ਹੀ ਕਿਉਂ ਦੇ ਜਿੱਦਣ ਮੈਂ ਕੂੜਾ ਇੱਥੇ ਤਾਂ ਸਿੱਟ ਆਉਂਦਾ ਨਾ ਮੈਂ ਇਕੱਲੇ ਨੇ ਸ਼ੋ ਕਰਨਾ ਤੈਨੂੰ ਮਾੜੇ ਲੱਗੇ ਤੈਨੂੰ ਮਾੜੇ ਲੱਗੇ ਆ ਮੈਨੂੰ ਮੈਨੂੰ ਬਹੁਤ ਮਾੜੇ ਲੱਗੇ ਯਕੀਨ ਕਰ ਪਤਾ ਕੀ ਗੱਲ ਹੁੰਦੀ ਆ ਏਦਾਂ ਨਾ ਕਰ ਸਵੇਰ ਤੋਂ ਭਰਜਾਈ ਲੱਗੀ ਹੋਣੀ ਹੁਣ ਇਹਨੇ ਘਰ ਜਾਣਾ ਨਾ ਤੇ ਉਹ ਭਾਬੀ ਨੇ ਸਾਰੇ ਦਿਨ 'ਚ ਕੋਈ ਕੰਮ ਨਹੀਂ ਕੀਤਾ ਹੋਣਾ ਉਹਨੇ ਹਰ ਕੰਮ ਦਾਲ ਚੌਲ 'ਤੇ ਪਾ ਦੇਣਾ ਇਹਨੇ ਕਹਿਣਾ ਕੱਪੜੇ ਨਹੀਂ ਧੋਤੇ ਮੈਂ ਹੁਣ ਦਾਲ ਚੌਲ ਪਕਾਉਂਦੀ ਕਿ ਮਸ਼ੀਨ ਲਾਉਂਦੀ ਇਹਨੇ ਕਹਿਣਾ ਰੋਟੀਆਂ ਨਹੀਂ ਪਕਾਈਆਂ ਦਾਲ ਚੌਲ ਪਾ ਤੇ ਮੇਰੀਆਂ ਬਾਹਵਾਂ ਰਹਿ ਗਈਆਂ ਸਵੇਰ ਦੀਆਂ ਬਾਜ਼ਾਰੋਂ ਮੰਗਾ ਲਓ ਇਹ ਦਾਲ ਚੌਲ ਤਾਂ ਇਹਨੇ ਬਣਵਾ ਲਏ ਆ 2 ਦਿਨ ਹੁਣ ਕੰਮ ਨਹੀਂ ਕਰਨਾ ਭਾਬੀ ਇਹ ਸਾਡੀਆਂ ਭੈਣਾਂ ਦੀ ਕਈਆਂ ਨੂੰ ਹੁੰਦੀ ਆਦਤ ਖਾ ਲਿਆ ਕਰਨ ਸਾਡੇ ਕੋਲ 14-14 ਜਾਣਿਆਂ ਦੇ ਸਿਆਪੇ ਹੁੰਦੇ ਸਾਡੇ ਮੈਂ ਯਕੀਨ ਕਰੋ ਸਵੇਰ ਦੀ ਖੱਪ ਗਈ ਮੈਂ ਦਾਲ ਤੁਹਾਨੂੰ ਪਤਾ ਵੀ ਮੇਰਾ ਹੈਗੀ ਕੋਈ ਮੇਰੇ ਕੋਲ ਆਪਣਾ ਕੰਮ ਨਹੀਂ ਹੁੰਦਾ ਉਹ ਤੋਂ ਤੁਸੀਂ ਉਹਨਾਂ ਨੂੰ ਕਿਹਾ ਉਹਨੇ ਦਾਲ ਚੌਲ ਪਕਾ ਕੇ ਲਿਆਵਾਂਗੇ ਉਹ ਤੋਂ ਮੈਨੂੰ ਕਹਿੰਦੇ ਮੇਰੀ ਬਿਸਤੀ ਹੈ ਜੇ ਮੈਂ ਨਾ ਲੈ ਗਿਆ ਦਾਲ ਚੌਲ ਪਕਾਵਾਂ ਨਾਲ 3 ਬੱਚੇ ਸਾਵਾਂ ਨਾਲ ਤੁਹਾਡੀਆਂ ਗੱਲਾਂ ਸੁਣਾ ਉਤੋਂ ਮੈਂ ਵੀ ਸੁਣਾ ਵੀ ਲੂਣ ਥੋੜਾ ਸੀ ਆਹੋ ਨਹੀਂ ਨਹੀਂ ਉਸਤਾਦ ਜੀ ਮੈਨੂੰ ਤੇ ਅੱਛੀ ਚੀਜ਼ ਬਣ ਗਈ ਲੇਕਿਨ ਰਾਤੀ ਮਸਰ ਸੀ ਮਸਰ ਦਾਲ ਨਹੀਂ ਮਸਰ ਚੌਲ ਸੀ ਮਸਰ ਹੋਵੇ ਯੂਨਾਨ ਹੋਵੇ ਮੈਨੂੰ ਅੱਛਾ ਕਈ ਬੰਦੇ ਇੱਦਾਂ ਦੇ ਹੁੰਦੇ ਨਾ ਉਹਨਾਂ ਨੂੰ ਤੁਸੀਂ ਕਹੋ ਨਾ ਕੋਈ ਚੀਜ਼
हीरे वर्गी पका के लै जो उन्होंने कीड़े जरूर पाने फैसलो खा रहा ना मसर चौन वाल कहीं ना यार वैसे गलत नहीं है तो बड़ी मेहनत की है मेरे वालों यार थैंक यू कहीं लेकिन नमक थोड़ा जहा हों ना स्टार जहान दी तारीफ करके लै जा किसे नाश्ते लगो यार तेन चने खवाने जिंदगी तू ऐसे चने नहीं खाधे होणगे ठीक उन्हें तू कहना अच्छा जी हां तू कहेगा कि फाइनल आ ते हुण तेन लै गया अगू तेरे वर्गे जिहड़े करैक्टर ना वह एक लहदा उन्हां दी साइकी हुंदी उन्हें हूँ चने खाधे उन्होंने यार सुभान अल्लाह क्यों क्यों उन्हें पैसे भी पल्ले लाने सिर्फ इस तो कि तारीफ कर तो मैं लैके आया तेन तो हूँ तू उन्हें कहना क्यों उन्हें कहना उस्ताद जी एंड आ वाकई मजा आ गया चटनी रायता सुभान अल्लाह लेकिन तेन मैं भी एक जगह तक लैके जा उ अगले की अद्धी रूह मर दी अच्छा वह कितने बस तेन लैके जावगा उन्होंने तारीफ करके सारी मिट्टी भी कर देना कहना नो डाउट बहुत आला चने ने सुभान अल्लाह मतलब यार फाइनल ने लेकिन एक बार तू मेरे कहने जाना मेरे उन्हें कहना ठीक है चले जाएंगे उन्हें कहना लेकिन एक शर्त आ कि उठना सुबह 4:30 है 7 मुक जाते ए होंगे गल 7 मुक जाते हैं थोड़ा 7 भाई तू देखी जाके यार बाबा वा 70 साल की उम्र है कला कोई मुंडा नहीं उन्हें रखिया ठीक है जी कोठी है मुंडिया की लेकिन वह कहता नहीं मैं यही काम करना निकी जी गली चा बार 2-2 crore वाली गड्डी खड़ी होंगी लोग उत्तर के अंदर जाके बाबे कुछ अच्छा उन्हें चने पाते तेन 50 rupees के तू उन्हें कहना 20 rupees देते उन्हें तेरे वेखना भी नहीं 50 rupees के इन्ने के चने उन्होंने तू उन्होंने कहना ना चाचा जी थोड़े चने पाते उन्हें तेरा वेखी कि गाल कटदा जो उसको दोबारा चने मंगो ओ अच्छा बड़े बंद ने कहा पुत्र बहर ने अमरीका उन्होंने कहते अब्बा जी तुम सबको 10 lakh rupees मिलो कहना नहीं पुत हड्डा च काम आ मैं नहीं जा सकता अच्छा उन्होंने फिर योजे बाबे होंगे कहना बाबा जी तुम मुंडा रख लो ना मुंडिया का मैं तबार ही नहीं है मुंडिया के तबार ही नहीं आप पकाने मंडी भी सवेरे आप जाना चने भी आप लियाने हर चीज पका के फिर इंज मतलब अगले 50 rupees दे 100 rupees दे इन्ने क पा के देने यकीन कर ए बंदे होंगे इदा दे उन्होंने कहना सवेरे 5 जाना उठ के 4:30 उठी 5 जाना वा 7 नाश्ता मुक जाता उ यार जो को 7 नाश्ता मुक जाता कि लादा हो 7 रात की रोटी लादा वा तो विकती इन लेट आ सुबह 7 जाते जिदा जिदा गनी पावे वाला गुजरा ले माशाला क्या बात आ मतलब इस टाइम जिदा फजे पावे से ना लेकिन इस टाइम वाला टेस्ट नहीं रहा जरा हों फरीद साहब मैं तुम दसा कभी किसी टाइम इस तरह हों अज मेरी वालदा ना सेम मेरी वालदा उ मेरी माँ के हथ उ चक्की का आटा उन्होंने कह सवेरे बह के इदा पराठा पका तेन पराठे का वह मजा नहीं आएगा जो तेन 7-8 स्कूल जाने तो पहले टेस्ट चीज दा वा लेकिन टेस्ट माहौल का भी हों टेस्ट एज का भी हों टेस्ट जुबान का भी हों टेस्ट खुशहाली टेस्ट का बड़ा तला तू किसी टेंशन दे ना जिनी मर्जी जी तेन मैं जिनी मर्जी सोनी रोटी खवा दवा जो तू बिल्कुल ईजी हैप्पी है ना तो तेन मैं माड़ी जी दाल भी खवा देना तू कहना यार बहुत मजा लग रही टेस्ट का तलक अंदर के जी ना मूड बड़ा हों टाइम बड़ा हों यार हूँ मैं अपनी माँ को कहना ना मेरी माँ को कहना सुबह मैं पराठा पका दे अम्मी सुबह पराठा पका दी उ आटा चक्की का कणक उ हाथ ओही टेस्ट लेकिन वह मजा नहीं आता मजेदार बहुत हों जो मजा से ना धुआं निकल रहा निके निके बच्चे उठ के आ रहे अम्मी पहले बैठी है वे उठ पाया भी उठ पाया एक मूंह धो रहा एक जराबा पा रहा है तो थले जी पीढ़ी के कोल बह जाना तो अच्छा वो सालन भी नहीं है भी कला चार ला ला एदा टेस्ट ही नहीं है वह असल टेस्ट पराठे का नहीं हों एज वो जी शहनशाही उम्र होंगी टेस्ट हों और उस टाइम उस इनवायरमेंट का टेस्ट हों भैं भरावान का कोई टेंशन नहीं होंगी ना बुढ़िया ना बच्चे ना अगों शरीका ना पता जायदाद दे दी आ इन्नी मेरी आ अकल मौत ही नहीं होंगी एक प्योरली सिर्फ मुहब्बत दे विच जिहड़ा मां दे नाल हुंदा वो टेस्ट ये भी बड़ा फर्क पै जांदा लगती नहीं है ठीक है ना देसी घ्यो ये वो सन जकात लगती है खुराक नहीं लगती कुछ सदमा लगता
ਤੈਨੂੰ ਧੱਕਾ ਲੱਗਦਾ ਕਿ ਨਹੀਂ ਲੱਗਦਾ? ਫੈਸਲ ਜਿਨ੍ਹਾਂ ਨੇ ਰੱਖੇ ਹੁੰਦੇ ਨਾ ਉਹਨਾਂ ਨੂੰ ਹੀ ਫੈਸਲ ਦੀ ਵੈਸਪਾ ਹੁੰਦਾ, ਉਹ ਫੈਸਲ ਨੀ ਹੁੰਦਾ। ਤੈਨੂੰ ਸਜੀ ਮੁਝੇ ਇੱਕ ਗੱਲ ਸੁਣਾਵਾ, ਲਾਇਬ੍ਰੇਰੀ ਨਹੀਂ ਹੁੰਦੀ ਕਿਤਾਬਾਂ ਵਾਲੀ, ਗੁਲਸ਼ਨ ਕਲੋਨੀ ਨਾ ਕਿਤਾਬਾਂ ਵਾਲੀ ਲਾਇਬ੍ਰੇਰੀ, ਅਤੇ ਮੈਂ ਉੱਥੇ ਚਲਾ ਗਿਆ। ਤੂੰ ਬੰਦਾ ਬੜਾ ਬਰੀਕ, ਅਤੇ ਵੈਸਪੇ ਦੀ ਗੱਲ ਸ਼ੁਰੂ ਹੋ ਗਈ, ਉਹਨੇ ਵੈਸਪਾ ਰੱਖਿਆ ਸੀ। ਕਹਿੰਦਾ ਮੈਂ ਕਿਹਾ ਜੀ ਕਿਸ ਤਰ੍ਹਾਂ ਘਰ ਬੱਚੇ ਮਾਸ਼ਾਅੱਲਾ ਤੁਹਾਡੇ? ਕਹਿੰਦਾ ਮੇਰੇ ਚਾਰ ਬੇਟੇ ਨੇ। ਮੈਂ ਕਿਹਾ ਕੀ ਕਰਦੇ ਨੇ? ਕਹਿੰਦਾ ਵੱਡਾ ਇਸ ਤਰ੍ਹਾਂ, ਛੋਟਾ ਇਸ ਤਰ੍ਹਾਂ, ਛੋਟਾ ਇਸ ਤਰ੍ਹਾਂ। ਨਹੀਂ ਵੱਡਾ ਇਸ ਤਰ੍ਹਾਂ ਅਤੇ ਉਸ ਤੋਂ ਛੋਟਾ ਘਰ ਹੁੰਦਾ, ਅਤੇ ਉਸ ਤੋਂ ਛੋਟਾ ਇੱਦਾਂ ਹੁੰਦਾ, ਅਤੇ ਉਸ ਤੋਂ ਛੋਟਾ ਪੜ੍ਹਦਾ ਵਾ। ਮੈਂ ਕਿਹਾ ਘਰ ਹੁੰਦਾ ਮਤਲਬ? ਕਹਿੰਦਾ ਵੈਸਪਾ ਨਾ, ਚਾਰ ਪੁੱਤਰ ਨੇ। ਕਹਿੰਦਾ ਵੈਸਪਾ ਵਾ, ਵੈਸਪਾ ਪੁੱਤਰ? ਮੈਂ ਕਿਹਾ ਜੀ ਵੈਸਪਾ ਵਾ? ਕਹਿੰਦਾ ਵੈਸਪਾ ਜਿਹੜਾ ਨਾ ਮੇਰਾ, ਉਹ ਮੇਰਾ ਪੁੱਤਰ ਆ, ਔਰ ਜਦੋਂ ਮੇਰਾ ਵੱਡਾ ਮੁੰਡਾ ਆਇਆ ਸੀ ਉਸ ਤੋਂ ਬਾਅਦ ਉਹਨੂੰ ਮੈਂ ਲਿਆ ਸੀ, ਇਸ ਤੋਂ ਮੈਂ ਵੱਡੇ ਤੋਂ ਛੋਟਾ ਕਹਿੰਦਾ, ਦੂਸਰੇ ਨੰਬਰ ਵਾਲਾ, ਫਿਰ ਤੀਸਰਾ ਹੋਇਆ, ਫਿਰ ਚੌਥਾ ਹੋਇਆ। ਤੇ ਤੂੰ ਪੁੱਛੇਗਾ ਨਾ ਪੁੱਤਰ ਕੀ ਕਰਦੇ? ਉਹਨੇ ਕਹਿਣਾ ਇੱਕ ਉੱਥੇ ਹੁੰਦਾ, ਦੂਜਾ ਘਰ ਹੁੰਦਾ ਡੇਡੀ 'ਚ, ਤੀਜਾ ਇੱਕ ਜਗ੍ਹਾ ਜੋਬ ਕਰਦਾ, ਤੇ ਚੌਥਾ ਪੜ੍ਹਦਾ। ਤੇ ਤੂੰ ਪੁੱਛਣਾ ਯਾਰ ਡੇਅਰੀ 'ਚ ਕਿਹੜਾ ਪੁੱਤਰ ਹੁੰਦਾ? ਤੇ ਉਹਨੇ ਫਿਰ ਤੈਨੂੰ ਦੱਸਣਾ ਵੈਸਪਾ। ਉਹਨੂੰ ਤੇ ਚਾਚਾ। ਮੈਂ ਕਿਹਾ ਚਾਚਾ ਜੀ ਵੇਚਣਾ? ਕਹਿੰਦਾ ਜ਼ਿੰਦਗੀ 'ਚ ਨਹੀਂ ਸੋਚਣਾ। ਮੈਂ ਕਿਹਾ ਜੀ ਤੁਸੀਂ ਪੈਸੇ ਲੈ ਲਓ। ਕਹਿੰਦਾ ਪੁੱਤਰ ਵੇਚਦਾ ਕੋਈ ਤੈਨੂੰ? ਮੈਂ ਕਹਿੰਦਾ ਕਹਿੰਦੇ ਆ ਭਾਅ ਜੀ ਇੱਕ ਉਹਦੇ ਕੋਲ ਮੈਂ ਬੁੱਕ, ਉਹਨੇ ਮੈਨੂੰ ਕਿਤਾਬ ਦਿੱਤੀ, ਕਹਿੰਦਾ ਤੁਸੀਂ ਪੜ੍ਹਨੀ ਆ। ਉਹ ਮੈਂ ਕਿਤਾਬ ਲੈ ਲਈ, ਘਰ ਗਏ ਭੈਣ, ਘਰ ਜਾ ਕੇ ਮੈਂ ਵੈਸਪਾ ਦੇਖਿਆ ਤੇ ਲਿਸ਼ਕ ਪੁਸ਼ਕ ਵੈਸਪਾ, ਯਾਨੀ ਕਿਤੇ ਨੀ ਉਹਨੇ ਜਾਣਾ। ਲੇਕਿਨ ਉਹਨੇ ਜਦੋਂ ਘਰ ਜਾਣਾ, ਸਭ ਤੋਂ ਪਹਿਲੇ ਉਹਨੂੰ ਪੂਰੇ ਨੂੰ ਸਾਫ਼ ਕਰਨਾ, ਫਿਰ ਉਹਨੇ ਅੱਗੇ ਜਾਣਾ, ਸਵੇਰ ਨੂੰ ਆਉਣ ਲੱਗਿਆ ਉਹਨੇ ਫਿਰ ਪੂਰੇ ਨੂੰ ਸਾਫ਼ ਕਰਨਾ, ਫਿਰ ਅੱਗੇ ਜਾਣਾ, ਚੀਜ਼ ਵੀ ਲੈ ਲੈਂਦਾ ਹੁਣ, ਤੇ ਗੋਲੀਆਂ ਚੱਲ ਜਾਂਦੀਆਂ ਉਹਦੇ ਪੁੱਛੋ ਬਗੈਰ ਕੋਈ ਵੈਸਪਾ ਬਾਹਰ ਕੱਢ ਲਵੇ ਤੇ ਸਾਜੀ ਇੰਜ ਦੀ ਮੁਹੱਬਤ ਵੈਸਪੇ ਦੇ ਨਾਲ। ਔਰ ਵੈਸਪਾ ਐਸੀ ਨੈਸ਼ ਚੀਜ਼ ਆ ਭਾਜੀ, ਜਿੰਨੇ ਰੱਖੇ ਵੈਸਪੇ ਉਹਨਾਂ ਨੂੰ ਪਤਾ ਵਾ ਕਿੱਦਾਂ ਚੱਲਣਾ ਵਾ। ਉਹਦਾ ਸਾਰੀ ਜ਼ਿੰਦਗੀ ਪੈਟਰੋਲ ਤੇ ਮੋਬਾਈਲ ਦਾ ਹੀ ਬੈਲੈਂਸ ਨਹੀਂ ਹੁੰਦਾ ਬੰਦੇ, ਮਰ ਜਦਾ ਬੰਦਾ ਚਿੱਟੇ ਆ ਜਾਂਦੇ, ਦਾੜੀ ਡਿੱਡੀ ਹੋ ਜਾਂਦੀ ਹੈ, ਫਿਰ ਉੱਥੇ ਖਲੋਤਾ ਕੀ ਹੋਇਆ? ਉਹ ਯਾਰ ਉਹਨੇ ਥੋੜੀ ਕੋਪੀ ਵੱਧ ਪਾਤੀ, ਤੇ ਤੂੰ ਮੈਂ ਤੇ ਉਹਨੂੰ ਉਦੋਂ ਉਹ ਅਸੀਂ ਉਹਨੂੰ ਸਾਂਭ ਨਹੀਂ ਸਕਦੇ। ਵੈਸਪਾ ਇੱਕ ਇਹ ਬੀਵੀ ਆ, ਬਿਲਕੁਲ ਜਿਸ ਬੰਦੇ ਕੋਲ ਵੈਸਪਾ ਨਾ, ਤੇ ਉਹਦਾ ਅਗਰ ਉਹਨੇ ਵਿਆਹ ਕਰਨਾ ਨਾ, ਤੇ ਉਹਦੀ ਬੁੱਢੀ ਸਮਝੇ ਕਿ ਮੈਂ ਸੌਂਕਣ ਦੇ ਉੱਤੇ ਚੱਲੀ। ਵੈਸਪਾ ਜਿਹਨੇ ਰੱਖਿਆ ਹੁੰਦਾ ਇਦਾਂ ਦਾ ਵਾ। ਅੱਛਾ ਲੋਕਾਂ ਨੂੰ ਵੈਸਪੇ ਦਾ, ਕਈਆਂ ਨੂੰ ਨਹੀਂ ਪਤਾ ਵੈਸਪਾ ਸਕੂਟਰ ਵੈਸਪਾ। ਆ ਜੀ ਮੇਰੀ ਕੀ ਲੱਤ ਛਿੱਲੀ ਗਈ ਉਹਦੇ ਨਾਲ ਕਿੱਕ ਮਾਰਨ ਲੱਗੇ, ਛਿੱਲੀ ਜਾਣੀ ਮਾਸ ਹੀ ਅੱਜ ਕਰਤਾ ਉਹਨੇ, ਲੱਤ ਛਿੱਲੀ ਗਈ ਸੱਜਣਾ, ਲੱਤ ਛਿੱਲੀ ਗਈ ਸੱਜਣਾ। ਤਾ ਜੀ ਮੇਰੇ ਅੱਬੂ ਨੇ ਪੈਸੇ ਲੈਣੇ ਸੀ ਲਾਹੌਰੋਂ, ਵੈਸਪੇ ਕੋਲੋਂ ਲਾਹੌਰੋਂ। ਉਹਨੇ ਕਿਹਾ ਜੀ ਪੈਸੇ ਨਹੀਂ ਗਏ, ਵੈਸਪਾ ਲੈ ਲਓ। ਮੇਰੇ ਅੱਬੇ ਨੇ ਵੈਸਪਾ ਲੈ ਆਂਦਾ। ਮੇਰੇ ਅੱਬੂ ਇੱਦਾਂ ਦੇ ਬੜੇ ਕੰਮ ਕਰਦੇ ਹੁੰਦੇ ਸੀ। ਉਹਦਾ ਮੇਰੇ ਅੱਬੂ ਦਾ ਸਟਾਈਲ ਕੀ ਸੀ, ਰੇਹੜੀ 'ਤੇ ਜਾ ਰਹੇ ਨਾ, ਹੁਣ ਮਾਲਟੇ ਹੈ, ਮਾਲਟੇ ਲੱਗੇ ਨਾ, ਅਤੇ ਉਹਦੇ ਕੋਲ ਕੋਈ 30 ਦਰਜਨ ਮਾਲਟੇ ਪਏ ਨੇ, ਅਸੀਂ ਘਰ 'ਚ ਚਾਰ ਜੀ ਹਾਂ, ਤੁਸੀਂ ਦਰਜਨ ਲੈ ਲਓ। ਦਰਜਨ ਕਿੰਨੇ ਦੇ ਦਰਜਨ ਵੀ? ਉਹਨੇ ਕਹਿਣਾ ਭਾਅ ਜੀ 20 ਰੁਪਏ ਦੇ। 15 ਲਾ ਯਾਰ। ਉਹਨੇ ਕਹਿਣਾ ਨਹੀਂ ਭਾਅ 18 ਲੱਗ ਜਾਣੇ। 2 ਦਰਜਨਾਂ ਕਰਦੇ 15 ਲਾ ਲਾ। ਉਹਨੇ ਕਹਿਣਾ ਨਹੀਂ ਜੀ। ਅੱਛਾ 3 ਦਰਜਨਾਂ ਕਰਦੇ 15 ਲਾ ਲਾ। ਉਹਨੇ ਕਹਿਣਾ ਠੀਕ ਹੈ 3 ਦਰਜਨ, 10 ਰੁਪਏ ਲਾ ਸਾਰੇ ਤੋਲ ਦੇ। ਉਹਨੇ ਕਹਿਣਾ ਵੀ ਮੈਂ ਵਿਹਲਾ ਹੋ ਕੇ ਜਾਵਾਂ। ਉਹਨੇ ਕਹਿਣਾ ਆਓ ਜੀ ਅੱਬੇ ਹੁਣੀ ਘਰ ਆਏ ਨੇ, ਤੋੜਾ ਮਾਲਟਿਆਂ ਦਾ ਚੁੱਕੇ ਆ, ਤੁਹਾਨੂੰ ਫਿਰ ਵੀ ਉਹ ਤੋੜਾ ਹੋਣਾ। ਨਹੀਂ ਸੁਣ ਤੇ ਲਾ ਨਾ, ਉਹ ਹੁਣ ਅੰਮੀ ਦੀ ਅਤੇ ਮੇਰੇ ਅੱਬੇ ਦੀ ਲੜਾਈ ਕੀ ਹੁੰਦੀ ਸੀ ਇਹੀ। ਹੁਣ ਬਹੁਤ ਕਿੰਨੇ ਖਾ ਲੇਗਾ, ਤਾਂ ਉਸ ਤੋਂ ਬਾਅਦ ਉਹ ਢਿੱਲੇ ਹੋਣੇ ਸ਼ੁਰੂ ਹੋ ਜਾਂਦੇ ਸੜਨੇ, ਫਿਰ ਸਾਰੀ ਗਲੀ 'ਚ ਵੰਡਣੇ। ਇੱਕ ਦਿਨ ਪੈਸੇ ਲੈਣੇ ਮੇਰੇ ਅੱਬੇ ਨੇ, ਅਤੇ ਗਲੀ 'ਚ ਦੇਖਿਆ ਕਿ ਟਰੱਕ ਆ ਰਿਹਾ ਇੱਕ, ਅਤੇ ਬੈਠਕ ਦਾ ਬੂਹਾ ਖੁੱਲਿਆ ਵਾ, ਅਤੇ 3 ਜਣੇ ਨਾਰੀਅਲ ਬੈਠਕ 'ਚ ਸਿੱਟ ਰਹੇ, ਨਾਰੀਅਲ। ਤਾ ਜੀ ਪੂਰੀ ਬੈਠਕ ਨਾਰੀਅਲ ਨਾਲ ਭਰ ਦਿੱਤੀ। ਇਹ ਮੈਂ ਕਿਸੇ ਕੋਲ ਪੈਸੇ ਲੈਣੇ ਸੀ, ਉਹ ਕਹਿੰਦਾ ਮੇਰੇ ਕੋਲ ਨਾਰੀਅਲ। ਤੇ ਨਾਰੀਅਲ ਕਿਹੜੇ? ਉਹ ਕੱਢੇ ਨਹੀਂ ਸਾਬਤ, ਉਹ ਹਰੇ ਜਿਹੜੇ ਹਰੇ। ਫਰੀਦ ਖਾਨ ਸਾਨੂੰ ਪਤਾ ਨਹੀਂ ਇਹ ਖੁੱਲਣਾ ਕਿੱਦਾਂ ਵਾ। ਸਵੇਰ ਤੋਂ ਸ਼ਾਮ ਤੱਕ ਅਸੀਂ ਦੋਵੇਂ ਭਰਾ 3 ਭਰਾ ਲੱਗੇ, ਉਂਗਲਾਂ ਛਲਾ ਲਈਆਂ, ਖੂਨ ਨਿਕਲਣ ਲੱਗ ਪਿਆ ਉਹਦੇ 'ਚ, ਉਹ ਸੰਭੀਆਂ ਪਾ ਪਾ ਉਹਦੇ ਵਾਲ ਹੀ ਨਾ, ਉਹਨੂੰ ਇੰਝ ਕਰਕੇ ਖੋਲੀ, ਉਹਨੂੰ ਛੱਡੀ, ਉਹ ਫੇਰ ਫਾਮ। ਉਹਦਾ ਤਾਂ ਤਰੀਕਾ ਨਹੀਂ ਸੀ ਪਤਾ, ਉਹ ਪਤਾ ਲੱਗਾ ਭਾਈ ਕਿਤੇ ਅਸੀਂ ਮਤਲਬ, ਫਿਰ ਪਤਾ ਨਹੀਂ ਕੌਣ ਆਇਆ ਤੇ ਉਹਨੂੰ ਚੁਕਾਏ। ਫਿਰ ਬਾਬਾ ਜੀ
ਗੱਲ ਮੈਂ ਕੀ ਪਹਿਲਾਂ ਕਰਨ ਲੱਗਾ ਸੀ ਕਿਹਦੀ ਕਰ ਰਿਹਾ ਸੀ ਵੈਸਪੇ ਦੀ ਵੈਸਪੇ ਦੀ ਅੱਛਾ ਫਿਰ ਹੁਣ ਲਾਹੌਰੋਂ ਵੈਸਪਾ ਉਹਨੇ ਜੇਤਾ ਤੇ ਥੋੜਾ ਜੈਂਟਰੀ ਦਾ ਵੈਸਪਾ ਉਹ ਪੁਰਾਣਾ ਨੀਲਾ ਨੀ ਯਾਰ ਹਾਂ ਉਹਦਾ ਰੰਗ ਚਮਕਦਾਰ ਜਿਹਾ ਰੰਗ ਤੇ ਜਾਨੀ ਤਿਆਰ ਲੈਣ ਦਾ ਫਰੀਦ ਖਾਂ ਉਹਦੇ ਕੋਲ 36-37 ਹਜ਼ਾਰ ਲੈਣਾ ਸੀ ਤੇ ਵੈਸਪਾ ਮੈਂ ਚਲਾ ਰਿਹਾ ਉਹ ਚ ਮੈਂ ਪੈਟਰੋਲ ਪਵਾਇਆ ਉਹ ਚ ਮੈਂ ਤੇਲ ਪਵਾਇਆ ਤੇਲ ਵੱਧ ਪੈ ਗਿਆ ਪੈਟਰੋਲ ਘੱਟ ਪੈ ਗਿਆ ਪਲੱਗ ਚ ਧੂੰਆਂ ਜਾਣ ਲੱਗ ਪਿਆ ਵੈਸਪਾ ਬੰਦ ਬਈ ਮੈਨੂੰ 2500 ਬੰਦਾ ਰੋਜ਼ ਪੁੱਛਦਾ ਸੀ ਮੁਖਤਲਿਫ ਜਗ੍ਹਾ ਤੇ ਪੈਰ ਇੱਥੇ ਖਲੋਤਾ ਖਰਾਬ ਕਰਕੇ ਖਰਾਬ ਕਰਕੇ ਉੱਤੇ ਪੈਰ ਵੀ ਨੀ ਲੱਗਦੇ ਭਾਈ ਜਾਨ ਉਹਦੇ ਤੇ ਪੈਰ ਉਹਦੇ ਤੇ ਸਵਾਏ ਪੈਰਾਂ ਤੋਂ ਹਰ ਸ਼ਹਿ ਤੁਹਾਡੀ ਲੱਗ ਜਾਂਦੀ ਵੈਸਪੇ ਦੀ ਪ੍ਰੋਬਲਮ ਹੁੰਦੀ ਹੈ ਕਿ ਵੈਸਪੇ ਚ ਪੈਟਰੋਲ ਤੇ ਮੋਬਲੈਲ ਮਿਕਸ ਹੋ ਕੇ ਪਲੱਗ ਨੂੰ ਜਾਂਦਾ ਵਾ ਠੀਕ ਆ ਹੁਣ ਅਗਰ ਮੋਬਲੈਲ ਘੱਟ ਆ ਪੈਟਰੋਲ ਜ਼ਿਆਦਾ ਜਾ ਰਿਹਾ ਤਾਂ ਵੀ ਪ੍ਰੋਬਲਮ ਅਗਰ ਮੋਬਲੈਲ ਥੋੜਾ ਜ਼ਿਆਦਾ ਪੈ ਗਿਆ ਉਹਦੇ ਚ ਉਹਨੇ ਥਿੱਕ ਹੋ ਕੇ ਤੇ ਉਹਨੇ ਪਲੱਗ ਸ਼ਾਰਟ ਕਰੀ ਜਾਣਾ ਹਰ 2 ਮਿੰਟ ਬਾਅਦ ਹਰ 50 ਕਦਮ ਤੇ ਚੱਲ ਕੇ ਉਹਨੇ ਪਲੱਗ ਕਾਲਾ ਕਰ ਦੇਣਾ ਹੁਣ ਤੂੰ ਪਲੱਗ ਖੋਲ ਕੇ ਸਾਫ਼ ਕੀਤਾ ਕਿੱਕ ਮਾਰੀ ਉੱਥੇ ਤੱਕ ਗਿਆ ਫਿਰ ਕਾਲਾ ਹੋ ਕੇ ਬੰਦ ਫਿਰ ਕੀ ਕਰਨਾ ਜੀ ਉਹਦਾ ਤੇਲ ਉਹ ਚ ਹੋਰ ਪਾਓ ਫਿਰ ਉਹਨੂੰ ਬੈਲੈਂਸ ਉਹ ਅੱਲਾ ਮਾਫ਼ੀ ਦੇਵੇ ਮੈਂ ਕਹਿੰਦਾ ਕਿ ਚੋੜਵਾਂ ਪੁੱਤਰ ਹੋ ਜਾਂਦਾ ਬੰਦੇ ਦੇ ਚਾਰ ਉਹ ਸਾਹਮਣੇ ਸੌਖੇ ਇੱਕ ਵੈਸਪਾ ਨਹੀਂ ਸਾਹਮਣੇ ਉਹਦਾ ਇਹ ਸਿਆਪਾ ਰਹਿੰਦਾ ਫਿਰ ਜਿਹਨੇ ਰੱਖਿਆ ਉਹਨੂੰ ਕਿਤੇ 6 ਮਹੀਨੇ ਸਾਲ ਬਾਅਦ 1.5 ਸਾਲ ਬਾਅਦ ਉਹਨੂੰ ਉਹਦੇ ਬੈਲੈਂਸ ਦੀ ਸਮਝ ਆਉਂਦੀ ਹੈ ਕਿ ਇੰਨਾ ਤੇਲ ਪਾਉਣਾ ਵਾ ਤੇ ਇੰਨਾ ਮੋਬਲੈਲ ਪਾਉਣਾ ਤੇ ਉਹਨੇ ਹੀ ਉਹ ਚਲਾਉਣਾ ਵਾ ਬਸ ਉਸਤਾਦ ਜੀ ਇਹ ਵੈਸਪਾ ਹੁੰਦਾ ਸਾਹਿਬ ਮੇਰੇ ਦਾਦਾ ਜੀ ਨੇ ਸ਼ੇਰ ਦਾ ਬੱਚਾ ਲੈ ਆਇਆ ਸੀ ਨਾ ਛੋਟਾ ਜਿਹਾ ਸੀ ਹਾਂਜੀ ਸ਼ੇਰ ਦਾ ਬੱਚਾ ਨਾ ਉੱਥੋਂ ਲੈਂਦਾ ਜੰਗਲ ਚੋਂ ਤੇ ਉਹ ਲਿਆ ਯਾਰ ਮੈਂ ਆਪਣੇ ਅੱਬੇ ਦੀਆਂ ਗੱਲਾਂ ਸੁਣਾਈਆਂ ਨੇ ਕੋਈ ਸਮਝ ਤੇ ਹੁੰਦੀ ਨਾ ਗੱਲ ਵੀ ਇੱਕ ਬੰਦੇ ਕੋਲ ਪੈਸੇ ਲੈਣੇ ਸੀ ਉਹਨੇ ਕਿਹਾ ਯਾਰ ਮੇਰੇ ਅੱਬੇ ਦਾ ਕਰਿਆਨੇ ਦਾ ਕੰਮ ਸੀ ਉਹਨੇ ਕਿਹਾ ਨਾਰੀਅਲ ਪਏ ਨਾਰੀਅਲ ਲੈ ਆ ਇੱਕ ਬੰਦੇ ਕੋਲ ਪੈਸੇ ਲੈਣੇ ਸੀ ਲੋਰ ਉਹਨੇ ਕਿਹਾ ਯਾਰ ਪੈਸੇ ਨਹੀਂ ਵੈਸਪਾ ਲੈ ਜਾ ਸ਼ੇਰ ਦਾ ਬੱਚਾ ਸੀ ਮੇਰੇ ਉਹਨਾਂ ਦਾ ਹੈ ਵਾ ਉਹ ਕਦੀ ਸ਼ੇਰ ਦਾ ਬੱਚਾ ਲੈਣਾ ਕਦੀ ਖੋਤੀ ਦਾ ਬੱਚਾ ਲੈਣਾ ਕਦੀ ਕੋਈ ਬੱਚਾ ਉਹਨਾਂ ਦੇ ਦਾਦਾ ਜੀ ਨੇ ਬੜੇ ਬੱਚੇ ਲਿਆਂਦੇ ਸ਼ੇਰ ਦਾ ਨਹੀਂ ਉਹ ਕਿਸੇ ਸ਼ੇਖ ਦਾ ਭਾਈ ਸ਼ੇਰ ਦਾ ਵੀ ਹੁੰਦਾ ਸੀ ਕੜੇ ਚੋਂ ਵੀ ਲੰਘਦੇ ਸੀ ਅੱਗ ਲਾ ਕੇ ਨਾ ਉਹਦੇ ਜੂਆਂ ਚ ਕਰਦੇ ਖਾਸ ਦਾਦਾ ਜੀ ਦੇ ਉਹ ਇੰਨਾ ਅੱਲੋ ਸ਼ੇਰ ਦਾ ਹੀ ਸੀਗਾ ਰਾਤ ਨੂੰ ਲਿਆਇਆ ਸੀ ਦਾਦਾ ਉਹ ਸਵੇਰੇ ਦਿਨ ਚੜ੍ਹੇ ਤੇ ਪਤਾ ਚੱਲਿਆ ਕਿਸੇ ਦਾ ਕੱਟਾ ਖੋਲ ਲਿਆ ਆ ਸ਼ੇਰ ਦਾ ਹੀ ਸੀਗਾ ਤੇ ਉਹ ਘਰ ਲੈ ਕੇ ਆਏ ਨਾ ਜਦੋਂ ਸ਼ੇਰ ਦਾ ਬੱਚਾ ਤੇਰੀ ਦਾਦੀ ਕਹਿੰਦੀ ਸ਼ੇਰ ਭੌਂਕਣ ਡਿਆ ਜੇ ਮਾਰੇ ਕੁਝ ਹੋਰ ਹੋਣਾ ਪੇੜ ਦਾ ਬੱਚਾ ਲਿਆਏ ਸੀ ਸ਼ੇਰ ਦਾ ਸਿੰਦੋ ਸ਼ੇਰ ਦੀਆਂ ਬੱਖੀਆਂ ਲੱਗ ਗਈਆਂ ਨਾਲ ਸਿੰਦੋ ਲੈਂਦਾ ਨਾ ਸਿੰਧ ਸੀ ਦਾਦਾ ਹੀ ਕੰਮ ਕਰਦੇ ਤੇ ਉੱਥੋਂ ਫਿਰ ਉਹਨਾਂ ਨੇ ਲੈਂਦਾ ਯਾਰ ਕਿਹੜਾ ਸ਼ੇਰ ਸੀ ਜਿਹੜਾ 300 ਦੇ ਪੱਟੇ ਖਾਂਦਾ ਹੈ ਰੋਜ਼ ਸਾਜੀ ਆ ਤੇ ਗੱਲ ਕੀ ਹੁਣ ਚੁਗਲ ਅਗਲੇ ਦਾ ਬਣਾ ਲੈਂਦੇ ਮੈਂ ਯਾਰ ਤਮਾਸ਼ਿਆਂ ਤਮੂਸ਼ਿਆਂ ਦਾ ਕੰਮ ਸ਼ੇਰ ਲੈ ਆਏ ਹੋਣੇ ਕਿਹੜੀ ਉਹ ਯਾਰ ਸ਼ੇਰ ਮੈਂ ਕਹਿੰਦਾ ਬਿਮਾਰ ਵੀ ਇਹ ਨਹੀਂ ਖਰੀਦ ਸਕਦੇ ਜਿੰਨਾ ਮਹਿੰਗਾ ਸੀ ਸ਼ੇਰ ਕੈਂਸਰ ਵਾਲਾ ਸ਼ੇਰ ਵੀ ਨਹੀਂ ਖਰੀਦ ਸਕਦੇ ਸ਼ੇਰ 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 ਅਸੀਂ ਜਾ ਕੇ ਸਾਡੇ ਪਿੰਡੋਂ ਪਤਾ ਕਰ ਲਓ ਉਹਨਾਂ ਕਿ ਚੀਮਿਆਂ ਦੇ ਡੇਰੇ ਤੇ ਹਲੇ ਵੀ ਸ਼ੇਰ ਦਾ ਬੱਚਾ ਬੰਨਿਆ ਕਿ ਨਹੀਂ ਜੀ ਉਹ ਸੈਕਿੰਡ ਸ਼ੇਰ ਲਿਆਇਆ ਸੀ ਦੱਸੋ ਯਾਰ ਇੱਕ ਤੇ ਚੀਮਾ ਲੈ ਦੇ ਗਿਆ ਸਾਨੂੰ ਚੀਮਿਆਂ ਦੇ ਵਿੱਚ ਨਹੀਂ ਉਹ ਹੁਣ ਸ਼ੇਰ ਦਾ ਬੱਚਾ ਫਰੀ ਦਾ ਯਾਰ ਓਏ ਤੂੰ ਮੈਨੂੰ ਦੱਸ ਅੱਗੇ ਬੜੀ ਮੁਸ਼ਕਲ ਹੈ ਚੀਮੇ ਸਮੇਂ ਉਸਤਾਦ ਨਹੀਂ ਪਹਿਲੇ ਦੱਸ ਤੂੰ ਚੀਮਿਆਂ ਦੇ ਡੇਰੇ ਤੇ ਕੀ ਲੈਣ ਜਾਂਦਾ ਉਹ ਸਾਡਾ ਆਪਣਾ ਵਾ ਯਾਰ ਤੁਸੀਂ ਗੱਲ ਬਰਾਦਰੀ ਈਜ਼ੀ ਲੋਡ ਕਰਾਉਣ ਜਾਂਦਾ ਸੀ ਅੱਛਾ ਤੁਹਾਡੇ ਦਾਦਾ ਜੀ ਸ਼ੇਰ ਦਾ ਬੱਚਾ ਲੈ ਸ਼ੇਰ ਦਾ ਬੱਚਾ ਲੈਂਦਾ ਤੇ ਪਿੰਡ ਰੋਲਾ ਪੈ ਗਿਆ ਕਿੰਨੀ ਕੁ ਉਮਰ ਸੀ ਸ਼ੇਰ ਦੇ ਬੱਚੇ ਦੀ ਯਾਰ ਬਿਲਕੁਲ ਛੋਟਾ ਜਿਹਾ ਸੀ ਤੇ ਨਹੀਂ ਮਤਲਬ ਬਿਲਕੁਲ ਨਾਮ ਲੈ ਲੈਂਦਾ ਸੀ 6 ਮਹੀਨੇ 6 ਮਹੀਨੇ ਦਾ ਸੀ 6 ਮਹੀਨੇ ਦਾ ਐਡਾ ਵੱਡਾ ਹੋ ਜਾਂਦਾ ਸ਼ੇਰ ਦਾ ਮੈਂ ਪਾਲੇ ਆ ਮੈਨੂੰ ਪਤਾ ਐਡਾ ਵੱਡਾ ਹੋ ਜਾਂਦਾ ਤੁਸੀਂ ਵੀ ਸ਼ੇਰ ਪਾਲੇ ਲਓ ਦੱਸ ਬੈਠਾ ਨਜ਼ਰ ਨਹੀਂ ਆ ਰਿਹਾ ਸ਼ੇਰ ਪਾਗਲਾ ਸਜਾਦ ਬਾਈ ਨੇ ਇੱਕ ਸ਼ੇਰ ਪਾਲਾ ਫੈਸਲ ਬਾਈ ਜਾਲ ਵਾਲਾ ਹਾਂ ਨਹੀਂ ਜਦੋਂ ਸ਼ੇਰ ਲਿਆਏ ਪਿੱਛੋਂ ਗਜ਼ਲ ਗੁਜ਼ਲ ਨਹੀਂ ਆਈ ਲੈਣ ਓਏ ਸ਼ੇਰ ਨਹੀਂ ਸ਼ੇਰ ਲਾਈਨ ਬੱਬਰ ਸ਼ੇਰ ਉਹ ਲਿਆਂਦਾ ਤੇ ਪਿੰਡ ਦੇ ਨਾ ਸਾਰੇ ਰੋਲਾ ਪਾ ਲਿਆ ਉੱਥੇ ਪਰਿਆ ਚ ਬੈਠਿਆ ਉਹਨੇ ਕਿਹਾ ਜੀ ਜੇ ਇਹਨੇ ਲਿਆਉਣਾ ਨਾ ਸ਼ੇਰ ਦਾ ਬੱਚਾ ਚੀਮਿਆਂ ਨੇ ਤੇ ਭਾਈ ਪਿੰਡੋਂ ਇਹਨਾਂ ਨੂੰ ਕੱਢੋ ਕਿਉਂਕਿ ਇੱਥੇ ਕਹਿੰਦੇ ਫੈਮਿਲੀਆਂ ਤੇ ਬੱਚੇ ਤੇ ਕੋਈ ਇਹ ਖੁੱਲਾ ਛੱਡ ਦੇ ਨਾ ਜਾਣਦੇ ਤੇਰਾ ਦਾਦਾ ਆਹੋ ਆ ਉੱਤੋਂ ਨੇ ਭਾਈ ਲਿਆ ਕੇ ਸ਼ੇਰ ਨੂੰ ਉਹ ਪੀ ਪੀ ਵਾਲੀ ਜੁੱਤੀ ਪਵਾਤੀ ਜੀ ਉਹ ਜਿੱਧਰ ਨੂੰ ਜਾਵੇ ਪੀ ਪੀ ਸ਼ੇਰ ਆਪਣੀ ਪੀ ਪੀ ਨਾਲ ਡਰੀ ਉਹ ਪੀ ਪੀ ਦੇ ਡਰ ਤੋਂ ਹੋਰ ਦੌੜੀ ਜੇ ਫੇਰ ਤੇਰੀ ਮੈਂ ਇਸ ਤੋਂ ਇੱਜ਼ਤ ਕਰਨਾ ਵਾ ਵੀ ਮੈਂ ਮਾੜੇ ਬੰਦੇ ਨੂੰ ਕਦੀ ਕੁਛ ਕਿਹਾ ਨਹੀਂ ਯਾਰ ਮੈਂ ਯਾਰ ਤੇਰੀ ਮੈਂ ਇਸ ਤੋਂ ਇੱਜ਼ਤ ਕਰਦਾ ਤੇਰੀ ਕੋਈ ਵੀ ਨਹੀਂ ਕਰਦਾ ਤੇ ਉਹਨੂੰ ਨਾ ਅਸੀਂ ਨਾ ਰੱਖਿਆ ਤੇ ਉਹ ਵੱਡਾ ਹੋ ਗਿਆ ਨਾ ਤੇ ਉਹ ਜਦੋਂ ਵੱਡਾ ਹੋਇਆ ਨਾ ਤੇ ਉਸਤਾਦ ਜੀ ਦਾਦੇ ਦਾ ਬਾਸੂ ਬਣ ਗਿਆ
ਬਟੋ ਕਿਧਰ ਬਾਜ਼ੂ ਬਣ ਗਿਆ ਬਾਜ਼ੂ ਘਰ ਨਹੀਂ ਗਿਆ ਬਾਜ਼ੂ ਨਾਫਕ ਆਦਮੀ ਹੈ ਦਾਦੇ ਦਾ ਬਾਜ਼ੂ ਬਣ ਗਿਆ ਤੇਰੀ ਬਾਜ਼ੂ ਬਣਿਆ ਨਹੀਂ ਬਾਜ਼ੂ ਖਾ ਗਿਆ ਸੀ ਕਿੱਡਾ ਮਨਾਫਕ ਆਦਮੀ ਹੋਣਾ ਤੇਰੀ ਸ਼ਕਲ ਤੇ ਫੈਸਲ ਲਿਖਿਆ ਮਨਾਫਕ ਉਹ ਤੇਰੇ ਤੇ ਬੜਾ ਮਾਸ਼ਾਅੱਲਾ ਵੈਲਕਮ ਵੈਲਕਮ ਲਿਖਿਆ ਹੋਇਆ ਯਾਰ ਇਹਨੇ ਸ਼ੇਰ ਲਿਆਂਦਾ ਨਾ ਇਹਨਾਂ ਨੇ ਇਹਨਾਂ ਨੇ ਸ਼ੇਰ ਦਾਦੇ ਨੇ ਬੰਨਿਆ ਘਰ ਦੇ ਬਾਹਰ ਰਖਵਾਲੀ ਵਾਸਤੇ ਉਹ ਰਾਤ ਨੂੰ ਚੋਰ ਆਏ ਉਹਨਾਂ ਨੇ ਵੇਖਿਆ ਉਹ ਸ਼ੇਰ ਹੀ ਲੈ ਗਏ ਘਰ ਦੇ ਅੰਦਰ ਉਹ ਸਮਾਨ 60,000 ਦਾ ਮਿਲਣਾ ਸੀ 4.5 lakh ਦਾ ਉਹਨਾਂ ਨੇ ਸ਼ੇਰ ਵੇਚ ਲਏ ਉਹਨਾਂ ਨੇ ਕਿਹਾ ਯਾਰ ਇਹ ਤਾਂ ਕੰਮ ਠੀਕ ਹੈ ਉਹਨੂੰ ਸ਼ੇਰ ਨੂੰ ਇੰਨੀਆਂ ਤੇਜ਼ ਮਿਰਚਾਂ ਦਾ ਸਾਲਾ ਦੇ ਤਾ ਉਹ ਭੌਂਕਣ ਲੱਗ ਪਿਆ ਅੱਛਾ ਉਹਦਾ ਕੀਤਾ ਕੀ ਤੁਸੀਂ ਸ਼ੇਰ ਦਾ ਉਹ ਜਿਵੇਂ ਤੁਸੀਂ ਦੱਸਿਆ ਨਾ ਵੈਸਪਾ ਪੁੱਤਰ ਰੱਖਿਆ ਸੀ ਉਹ ਮੇਰੇ ਦਾਦਾ ਹੀ ਨੇ ਯਾਨੀ ਉਹ ਸਾਡਾ ਚਾਚਾ ਹੀ ਲੱਗਾ ਸ਼ੇਰ ਸਾਡਾ ਸਾਡੇ ਦਾਦੇ ਨੇ ਉਹਨੂੰ ਪੁੱਤਰ ਰੱਖਿਆ ਸੀ ਤੁਹਾਨੂੰ ਸ਼ੇਰ ਤੁਹਾਡੇ ਚਾਚਾ ਵਾ ਹਾਂ ਮੈਂ ਆਪ ਲੋਮੜੀ ਕੀ ਲਗੀ ਇਹਨਾਂ ਪਤਾ ਨਹੀਂ ਯਾਰ ਹੁਣ ਮੈਂ ਪੁੱਫੀ ਕਹਿ ਦਵਾਂ ਫਿਰ ਗੁੱਸਾ ਕਰ ਜਵੇ ਤੇ ਉਹ ਨਾ ਸ਼ੇਰ ਜਦੋਂ ਇੱਕ ਦਿਨ ਨਾ ਅਸੀਂ ਦਾਦਾ ਜੀ ਨੇ ਬੰਨਿਆ ਤੇ ਸ਼ੇਰ ਨੇ ਨਾ ਉਹ ਕਿਹੜਾ ਸ਼ੇਰ ਹੋਊਗਾ ਜਿਹਨੂੰ ਬੰਨਿਆ ਸ਼ੇਰ ਬੰਨਿਆ ਮੱਝ ਬੰਨੀ ਦੀ ਆ ਔਰ ਮਤਲਬ ਬੱਕਰੀ ਬੰਨੀ ਦੀ ਆ ਲੈ ਸ਼ੇਰ ਲਿਆਂਦਾ ਤੇ ਦਾਦਾ ਬੂ ਨੇ ਬੰਨਿਆ ਯਾਰ ਇਹ ਕਿਹੜੀ ਪੁੱਤਰ ਨੂੰ ਕੌਣ ਬੰਨਦਾ ਹੀ ਉਸਤਾਦ ਜੀ ਸ਼ੇਰ ਨੂੰ ਬੰਨਣਾ ਹੀ ਔਰ ਮਤਲਬ ਪਿੰਨ ਕੱਟ ਕੇ ਉਹਨੂੰ ਰੱਖ ਦੇਈਦਾ ਸ਼ੇਰ ਨੂੰ ਦਿੰਦੇ ਆ ਕਿਹੜੀ ਗੱਲ ਕਰ ਰਹੇ ਹੋ ਪਿੰਜਰੇ 'ਚ ਰੱਖੀਦਾ ਪਿੰਜਰੇ 'ਚ ਸ਼ੇਰ ਨੂੰ ਪਿੰਜਰੇ 'ਚ ਵਾੜ ਕੇ ਰੱਖੀਦਾ ਬੰਨਦਾ ਕੌਣ ਸੀ ਯਾਰ ਪਿੰਜਰੇ 'ਚ ਬੰਨਿਆ ਤੁਸੀਂ ਗੱਲ ਪੂਰੀ ਸੁਣੀ ਨਹੀਂ ਪਿੰਜਰੇ 'ਚ ਬੰਨਿਆ ਯਾਰ ਉਹ ਕਿਹੜਾ ਸ਼ੇਰ ਜਿਹਦਾ ਨਾਮ ਮੋਤੀ ਹੈ ਹੈ ਆਹੋ ਕਾਸਲ ਸਾਹਿਬ ਮੈਂ ਤਾਂ ਉਹ ਚਾਹ ਲੋ ਕਿਹੜੇ ਸ਼ੇਰ ਨੂੰ ਉਲਾ ਕਿਹੜੇ ਸ਼ੇਰ ਨੂੰ ਕਰੀਦਾ ਵਾ ਇਹ ਪਿੰਜਰਾ ਭਲਾ ਕਿਹਨੂੰ ਕਹਿੰਦੇ ਆ ਪੇਟੀ ਨੂੰ ਮੋਰੀਆ ਕੀ ਉਹ ਜਦੋਂ ਰੱਖਿਆ ਨਾ ਤੇ ਉਧਰੋਂ ਪ੍ਰਾਹੁਣੇ ਆਏ ਕੋਈ ਦਾਦਾ ਜੀ ਦੇ ਨਾ ਮਿਲਣ ਗਿਲਣ ਵਾਲੇ ਉਹ ਉਹਨਾਂ ਦਾ ਨਾ ਮੁੰਡਾ ਖੇਡਣ ਡਿਆ ਸੀ ਵੱਡਾ ਉਹਨੇ ਜਾ ਕੇ ਕਿਤੇ ਸ਼ੁਗਲ ਸ਼ੁਗਲ ਚ ਉਹਨੂੰ ਛੇੜਿਆ ਸ਼ੇਰ ਨੂੰ ਕਿ ਦਾਦੇ ਨੂੰ ਸ਼ੇਰ ਨੂੰ ਸ਼ੇਰ ਨੂੰ ਛੇੜਿਆ ਸ਼ੇਰ ਨੇ ਰੋ ਰੋ ਬੁਰਾ ਹਾਲ ਕਰ ਲਿਆ ਨਹੀਂ ਨਹੀਂ ਭਾਈ ਸਾਜੀ ਇਹਨਾਂ ਦਾ ਬਾਕੀ ਮੈਂ ਵੇਖਿਆ ਸ਼ੇਰ ਸੱਚੀ ਮੁੱਚੀ ਅੱਲਾ ਮਾਫੀ ਦੇਵੇ ਸ਼ੇਰ ਗਰਜਦਾ ਨਾ ਇਹਨਾਂ ਦਾ ਗਰਜਦਾ ਨਹੀਂ ਸੀ ਉਹ ਕਹਿੰਦਾ ਲੈ ਬੋਲਾ ਲੈ ਬੋਲਾ ਝਗੜੇ ਬਹੁਤ ਮਤਲਬ ਮੇਲਿਆਂ ਤੇ ਇਧਰ ਉਧਰ ਉਹਨਾਂ ਜਾਣਾ ਤੇ ਫਿਰ ਨਾਲ ਉਹਨਾਂ ਨੇ ਦਬਕੇ ਲਈ ਰੱਖਿਆ ਸੀ ਉਹ ਦਬਕੇ ਲਈ ਉਹਦੀ ਖੱਲ ਲਾ ਕੇ ਵਿੱਚ ਵੜ ਕੇ ਮੰਗਦੇ ਸੀ ਸ਼ੇਰ ਪਰ ਨੂੰ ਕੰਜਾਇ ਕਰਕੇ ਨੰਗਾ ਵਾਪਸ ਸ਼ੇਰ ਦੀ ਗੱਲ ਪਾ ਕੇ ਨਾ ਤੇ ਪਿੰਡ ਵੱਲੋਂ ਡਰਾ ਕੇ ਉਹਨਾਂ ਕੋਲ ਪੈਕ ਹੁੰਦੇ ਸੀ ਹੱਲੇ ਵੀ ਉਹਦੀਆਂ ਸ਼ੇਰ ਦੀਆਂ ਤਿੰਨ ਨਸਲਾਂ ਸਾਡੇ ਕੋਲ ਉਸੇ ਤਰ੍ਹਾਂ ਚੱਲਣ ਡੀਆਂ ਹੁਣ ਮੇਰੇ ਵੱਡੇ ਭਾਈ ਕੋਲ ਸ਼ੇਰ ਉਹਨਾਂ ਵੀ ਰੱਖਿਆ ਵਾ ਅਸੀਂ ਵੀ ਸ਼ੇਰ ਮਤਲਬ ਸਾਡੇ ਕੋਲ ਫੈਸਲ ਯਾਰ ਖੁਦਾ ਦਿੰਦਾ ਯਾਰ ਯਾਰ ਤੁਸੀਂ ਆ ਜਾਓ ਮੇਰੇ ਨਾਲ ਯਾਰ ਫੈਸਲ ਦੇ ਹੱਥ ਹੀ ਰੱਖੇ ਘਰ ਕਿੰਨੇ ਫੈਸਲ ਨੇ ਮੂੰਹ ਐਵੇਂ ਮਿੱਧਿਆ ਗਿਆ ਅਗਲ ਹੋਇਆ ਤੂੰ ਮੈਂ ਇਹਦਾ ਇੱਕ ਬੰਦਾ ਸਵਾਦ ਗਿਆ ਮੈਂ ਉਹਦੇ ਕੋਲ 6-10 ਮੰਗਾਏ ਹਾਂ ਉੱਥੇ ਤੇ ਫਿਰ ਉਹਦਾ ਸ਼ੇਰ ਵੀ ਤੂੰ ਉਹ ਕਿਹੜਾ ਸ਼ੇਰ ਹੈ ਜਿਹਨੂੰ ਇੰਜ ਕਿਹਨੂੰ ਸ਼ੇਰ ਨੂੰ ਕਰੀਦਾ ਹੈ ਗੇਂਦ ਵੀ ਚੁੱਕ ਲਿਆਉਂਦਾ ਯਾਰ ਬਸ ਨਹੀਂ ਨਾ ਪਤਾ ਹੈਗਾ ਮੈਂ ਤੈਨੂੰ ਇਸੇ ਤਰ੍ਹਾਂ ਮੈਂ ਕਹਿੰਦਾ ਤੇਰੇ ਕੱਪੜੇ ਨੀ ਚੰਗੇ ਤੈਨੂੰ ਕੀ ਕਵਾਂ ਮੈਨੂੰ ਉਸਤਾਦ ਜੀ ਉਹ ਫਿਰ ਉਹ ਜਦੋਂ ਮੁੰਡੇ ਦੀ ਬਾਂਹ ਖਾ ਗਏ ਨਾ ਉਸ ਤੋਂ ਬਾਅਦ ਫਿਰ ਬੜਾ ਉਹਦੇ ਤੋਂ ਡਰ ਲੱਗਣ ਲੱਗ ਪਿਆ ਜਦੋਂ ਤੁਸੀਂ ਕੁਝ ਪਾਣਾ ਹੀ ਨਹੀਂ ਉਹਨੇ ਫਿਰ ਲੋਕਾਂ ਦੀਆਂ ਬਾਹਾਂ ਪਹਿਲੇ ਸਾਹ ਉਹਨੂੰ ਲਿਆਂਦਾ ਇਸ ਸੋਚ ਕੇ ਸਾਡੀ ਬਾਹ ਬਣੇਗਾ ਤੇ ਬਾਹ ਖਾ ਗਿਆ 12-13 ਦਿਨ ਕੁਛ ਪਾਉਂਦੇ ਨਹੀਂ ਬਾਅਦ ਚੋਂ ਉਹਨੂੰ ਮਾਲਟੇ ਕਵਾਉਂਦੇ ਰਹਿੰਦੇ ਕੇਲੇ ਤਾਕਤ ਬਣਾ ਇੱਕ ਦਿਨ ਭਾਜੀ ਚੋਰ ਆ ਗਏ ਘਰ ਓਏ ਹੋਏ ਹੋਏ ਚੋਰ ਆ ਗਏ ਤੇ ਉਸਤਾਦ ਜੀ ਜਦੋਂ ਪਤਾ ਲੱਗਿਆ ਨਾ ਸ਼ੇਰ ਨੂੰ ਅੰਦਰੋਂ ਕਿ ਚੋਰ ਵੜ ਆਏ ਆ ਕਿਸੇ ਨੇ ਕਹਿ ਦਿੱਤਾ ਵੀ ਚੋਰ ਆ ਗਏ ਸ਼ੇਰ ਨੇ ਅੱਜ ਪਹਿਲੇ ਸਿਗਰਟ ਭਜਾਇਆ ਵੇਖ ਲਓ ਇਹ ਕਿਹੜਾ ਸ਼ੇਰ ਆ ਸਿਗਰਟ ਪੀਣ ਦੇ ਉਹ ਜੋ ਦੱਸਣ ਆ ਵੀ ਸ਼ੇਰ ਨੂੰ ਪਤਾ ਲੱਗ ਗਿਆ ਨਾ ਵੀ ਐਡਾ ਕਿਤੇ ਅਕਲਮੰਦ ਸ਼ੇਰ ਨਹੀਂ ਨਹੀਂ ਉਹਨੂੰ ਪਤਾ ਲੱਗ ਗਿਆ ਆਪਣਿਆਂ ਦਾ ਤੇ ਪਰਾਇਆਂ ਦਾ ਲੈ ਜਾਨਵਰ ਨੂੰ ਜਿੰਨਾ ਪਤਾ ਹੁੰਦਾ ਉਹਨੂੰ ਅੱਛਾ ਉਹਨੂੰ ਪਤਾ ਲੱਗ ਗਿਆ ਵੀ ਚੋਰ ਆ ਗਏ ਚੋਰ ਆ ਗਏ ਆ ਸਾਜੀ ਉਹ ਨੱਸ ਕੇ ਪੇਟੀ ਦੇ ਥੱਲੇ ਲੁਕਿਆ ਅਗਲੇ ਦਿਨ ਦੁਪਹਿਰੇ 12 ਨਿਕਲਿਆ ਬਾਹਰ ਚੋਰ ਜਾਣ ਲੱਗੇ ਸ਼ੇਰ ਨੂੰ ਕਹਿੰਦੇ ਅਸੀਂ ਚੱਲੇ ਆ ਜਾ ਓਏ ਆਹੋ ਉਹਨਾਂ ਨੇ ਕਿਤੇ ਫੈਰ ਕੱਢ ਦਿੱਤਾ ਯਾਰ ਸ਼ੇਰ ਅੱਗੇ ਬੈਠਾ ਵਾ ਉਹਨੇ ਚੋਰ ਵੇਖੇ ਨੇ ਸ਼ੇਰ ਨੇ ਨਸਾ ਕਰਿਆ ਨੇ ਦੁਕਾਨ ਤੇ 7-Up ਲੈਣ ਕਿਤੇ ਚੋਰ ਨੇ ਕੋਲੋਂ ਗਲਤੀ ਨਾਲ ਫੈਰ ਨਿਕਲ ਗਿਆ ਯਾਰ ਇਹਦੇ ਘਰ ਚੋਰ ਆਏ ਸ਼ੇਰ ਨੇ ਵੇਖਿਆ ਨਾ ਕੋਈ ਪਿਸਤੌਲ ਵੀ ਆ ਉਹਨੇ ਇਹਦੀ ਬੁੱਢੀ ਦਾ ਬੁਰਕਾ ਪਾ ਕੇ
ਪੈ ਗਿਆ ਨੁੱਕਰ ਦੇ ਵਿੱਚ ਕਿ ਹੋ ਸਕਦਾ ਗੈਰਤਮੰਦ ਚੋਰ ਹੁਣ ਧੀਆਂ ਭੈਣਾਂ ਨੂੰ ਨਾ ਕੁਛ ਕਹਿਣ ਤੇ ਬੁੱਢੀ ਦਾ ਬੁਰਖਾ ਪਾ ਕੇ ਬੈਠਾ। ਮੈਨੂੰ ਇਸ ਗੱਲ ਅਫਸੋਸ ਹੁੰਦਾ ਕਿ ਤੁਹਾਨੂੰ ਜੇ ਇੱਕ ਮੈਂ ਗੇੜਾ ਲਵਾ ਲਿਆ ਨਾ ਆਪਣੇ ਪਿੰਡ ਦਾ, ਸਿਰਫ ਤੁਸੀਂ ਇੱਕ ਗੇੜਾ ਲਾ ਲਓ ਤੇ ਆਹ ਜੁਗਤਾਂ ਸ਼ੁਗਤਾਂ ਤੁਸੀਂ ਭੁੱਲ ਜਾਓ, ਤੁਸੀਂ ਸਿਰਫ ਆਉਂਦੇ ਆ ਉੱਥੋਂ ਮੈਂ ਵੜਾਂ ਤੇ ਭਾਜੀ ਫਰੀਦ ਆ ਗਏ ਭਾਜੀ ਫਰੀਦ। ਅੱਛਾ ਯਾਰ ਫਿਰ ਜਦੋਂ ਚੋਰ ਆਏ ਅੰਦਰ ਸ਼ੇਰ ਸੀ ਫਿਰ, ਤੇ ਸ਼ੇਰ ਉਹਨੇ ਜਦੋਂ ਫਾਇਰ ਕੱਢ ਲਿਆ ਸ਼ੇਰ ਨੂੰ ਉਸੇ ਟਾਈਮ ਪਤਾ ਲੱਗ ਗਿਆ ਸ਼ੇਰ ਨੇ ਪਿੰਜਰਾ ਜਿਹੜਾ ਫਿਰ ਇੰਜ ਪੜ ਕੇ ਖੋਲਿਆ, ਆਹੋ ਫਿਰ ਬਾਹਰ ਆ ਕੇ ਉਹਨੇ ਬਾਅਦ ਚ ਬੰਦ ਕਰਕੇ ਤਾਲਾ ਵੀ ਅੰਦਰੋਂ ਇੰਜ ਲਾਇਆ, ਉਹਨੇ ਇੰਜ ਕਰਕੇ ਭਾਜੀ ਪਿੰਜਰਾ ਖੋਲਿਆ। ਅੱਛਾ ਫਿਰ ਪਿੰਜਰਾ ਖੋਲ ਕੇ ਬਾਹਰ ਨਿਕਲਿਆ ਉਹਨੇ ਪਹਿਲਾ ਚੋਰ ਫੜ ਗਿਆ ਉਹਨੇ ਢਾਲਿਆ ਉਹਨੇ ਚਪੇੜਾਂ ਚ ਪੂਰਾ ਮਾਰੀਆਂ, ਨੌਂਦਰਾਂ ਬੜੀਆਂ ਮਾਰੀਆਂ, ਮਾਰਿਆ ਨੀ ਜਾਨੋ ਨੀ ਮਾਰਿਆ ਨੌਂਦਰਾਂ ਮਾਰੀਆਂ, ਬੜਾ ਰੋਇਆ ਫਿਰ ਚੋਰ। ਫਿਰ ਉਹਨੇ ਮਗਰੋਂ ਫਿਰ ਫੋਨ ਕੀਤਾ ਹੋਰ ਫੋਰਸ ਮੰਗਾਈ, ਸ਼ੇਰ ਨੇ ਭਾਈ ਸਾਰੇ ਬੰਨ ਲਏ ਉੱਥੇ, ਅਸੀਂ ਅੰਦਰ ਕਮਰਿਆਂ ਚ ਸੁੱਤੇ ਸਰਦੀਆਂ ਦੇ ਦਿਨ ਤੇ ਉਹਨੇ ਸਾਰੇ ਬੰਨ ਲਏ ਭਾਈ ਉੱਥੇ। ਤੇ ਦਾਦਾ ਜੀ ਕਿੱਥੇ ਵਸੀਆਂ ਆ ਰਹੀਆਂ? ਆਹੋ ਯਾਰ ਦਾਦਾ ਜੀ ਕਿੱਥੇ ਸੀ ਕਿਹੜੀ ਲੁੱਟ ਮੈਂ ਕਰਨਾ ਯਾਰ ਤੂੰ ਘਰ ਕਿਨੇ ਜਾਣਾ ਤੂੰ ਅੱਜ? ਸਹੀ ਮੈਂ ਕਹਿੰਦਾ ਸ਼ੋਅ ਕਰਕੇ ਵੇਖਣਾ ਨਿਕਲਦਾ ਕਿਦਾਂ ਮੈਂ? ਆਹੋ ਯਾਰ ਫਿਰ ਠੀਕ ਹੈ, ਚਲੋ ਤੁਸੀਂ ਚਲੋ ਅਸਲ ਦਫਾ ਕਰ ਯਾਰ। ਅੱਛਾ ਫਿਰ ਸਾਨੂੰ ਉਦੋਂ ਪਿੰਡ ਵਾਲਿਆਂ ਨੇ ਕਿਹਾ ਕਿ ਬਾਬਾ ਜੀ ਤੋ ਦਫਾ ਦੇ ਤੋ, ਗਸਾਈ ਦੇ ਫੱਟੇ ਦੇ ਥੱਲੋਂ ਲੱਭਾ। ਪਿੰਡ ਵਾਲਿਆਂ ਨੇ ਕਿਹਾ, ਆਵਾਜ਼ ਦਿੱਤੀ ਸਾਰਿਆਂ ਨੇ ਕਿਹਾ, ਬੱਲੇ ਵੀ ਬੱਲੇ ਚੋਰੀਆਂ ਦੇ ਸ਼ੇਰ ਨੇ, ਚੀਮਿਆਂ ਦੇ ਸ਼ੇਰ ਨੇ ਨਾ ਅੱਜ ਚੋਰੀ ਬੜੀ ਵੱਡੀ ਬਚਾ ਲਈ। ਉਹਨਾਂ ਨੇ ਕਿਹਾ ਭਾਜੀ ਸਾਡੇ ਵੱਲੋਂ ਹੁਣ ਸ਼ੇਰ ਨੂੰ ਜਿਹੜਾ ਨਾ, ਕਈਆਂ ਨੇ ਹਾਰ ਪਾਏ, ਕਈਆਂ ਨੇ ਗਿਫਟ ਭੇਜੇ ਸ਼ੇਰ ਦੇ ਲਈ, ਕਈਆਂ ਕੇਕ, ਕਦੀ ਕੁਛ, ਯਾਨੀ ਸ਼ੇਰ ਨੂੰ ਬੜਾ ਐਪਰੀਸ਼ੀਏਟ ਕੀਤਾ ਉਹਨਾਂ ਨੇ। ਭਾਜੀ ਉਹ ਘੜੀ ਆ, ਘੜੀ ਲੈ ਕੇ ਇੱਕ ਬੰਦਾ ਉਹਨੇ ਘੜੀ ਪਾਈ ਸ਼ੇਰ ਦੇ, ਹਾਂ ਸ਼ੇਰ ਨੇ ਫਿਰ ਕਿਹਾ ਆਂਦੀਆਂ ਨਸੀਬਾਂ ਆਇਆ ਘੜੀਆਂ, ਹਾਂ ਹਣਾ ਸੀਲ ਕੁੱਕੜ ਦੇ ਡਰ ਤੋਂ ਗਲੀ ਉੱਤੋਂ ਦੀ ਜਾਂਦਾ ਵੇ, ਹੈ ਸ਼ੇਰ ਰੱਖ ਲਿਆ, ਸ਼ੇਰ ਰੱਖ ਲਿਆ, ਸ਼ੇਰ ਰੱਖ ਲਿਆ। ਮੈਂ ਨਾ ਕਿਸੇ ਬੰਦੇ ਕੋਲੋਂ ਨਾ 1800 ਰੁਪਏ ਦਾ ਨਾ ਮੈਂ ਇੱਕ ਦੇਸੀ ਕੁੱਕੜ ਮੰਗਾ ਲਿਆ, ਫਰੀਦ ਉਹਦੀ ਇੱਡੀ ਲੰਬੀ ਧੌਣ ਉਹਦੀ ਕੁੱਕੜ ਦੀ ਤੇ ਬਦਮਾਸ਼ ਕੁੱਕੜ, ਉਹਨੇ ਕਿਹਾ ਆਲੂ ਭਾਣ ਤੇ ਮੈਂ ਫੜਾਂ ਵੀ ਨਾ, ਮੈਂ ਕਿਹਾ ਯਾਰ ਤੂੰ ਉਹਨੂੰ ਛੱਡ ਦੇ ਤਾਂ ਘਰ, ਉਹਨੇ ਇੰਝ ਕਰਕੇ ਰੱਖ ਦਿੱਤਾ। ਫਰੀਦ ਉਹ ਨਹੀਂ ਦੇਖ ਰਿਹਾ ਕਿ ਮੋਟਰਸਾਈਕਲ ਵਾਲਾ ਵਾ ਤੇ ਮੈਂ ਕੁੱਕੜ ਆ ਨਿਕਾ ਜਿਹਾ, ਆਪ 6 ਫੁੱਟ ਦਾ ਭਾਈ ਆ ਤੇ ਮੈਂ ਇੱਡਾ ਕਾ ਨਹੀਂ। ਫਰੀਦ ਉਹ ਇੱਦਾਂ ਪੈ ਰਿਹਾ, ਉਹਨੇ ਪੂਰਾ ਚੌਂਕ ਬਲੌਕ ਕੀਤਾ ਫਿਰ ਰਿਹਾ ਕੁੱਕੜ ਕੁੱਕੜ ਯਾਰ। ਉਹ ਹੁਣ ਉਹਦੀ ਸਾਹਮਣੇ ਦੁਕਾਨ 'ਚ ਮੈਂ ਕਿਹਾ ਯਾਰ ਇਹਨੂੰ ਫੜ, ਕਹਿੰਦਾ ਕੋਈ ਨਹੀਂ ਭਾਣਾ ਜਦੋਂ ਕਰਨਾ ਹੋਏਗਾ ਉਦੋਂ ਫੜ ਲਵਾਂਗਾ ਫਿਰਨ ਦੇ ਇਹਨੂੰ ਖਾਣ ਦੇ। ਅਤੇ ਉਹ ਹੁਣ ਮਤਲਬ ਇੰਝ ਯਾਰ ਜੀ ਮੈਂ ਢੁੱਡ ਨਹੀਂ ਮਾਰਨ ਚਾਹੀਦਾ ਮੋਟਰਸਾਈਕਲ ਸਾਈਕਲ ਵਾਲਿਆਂ ਨੂੰ, ਕਾਰਾਂ ਦੇ ਮਗਰ ਦੌੜ ਰਿਹਾ, ਪੈਦਲ ਵਾਲੇ ਨੂੰ ਤੂੰ ਬਿਲਕੁਲ ਦੂਰੇ ਵੇਖ ਨਾ ਫੜ ਜਾ ਖਲਾਰ ਕੇ ਧੌਣ, ਇੱਥੋਂ ਵਾਲ ਧੌਣ ਦੇ ਅੱਖੜੇ ਕਰੋ। ਆਹੋ ਉਹ ਮੈਨੂੰ ਉਹਦੇ ਕੋਲ ਡਰ, ਅੱਛਾ ਮੈਂ ਕਿੰਨਾ ਕੁ ਉਹਦੇ ਕੋਲ ਮੈਂ ਡਰ ਗਿਆ ਹੋਵਾਂਗਾ ਕਿ ਉਹ ਜ਼ਿਬਾ ਹੋ ਕੇ ਪੱਕ ਗਿਆ ਅਤੇ ਮੈਨੂੰ ਉਹਦੀਆਂ ਬੋਟੀਆਂ ਕੋਲ ਡਰ ਲੱਗੀ ਯਾਰ। ਯਕੀਨ ਕਰ ਮੈਨੂੰ ਇੰਝ ਲੱਗਿਆ ਕਿ ਯਾਰ ਇਹਨੇ ਪਿੱਛੋਂ ਵੀ ਦਿਲ ਕਰੇ ਮੈਨੂੰ ਫੜ ਲਵੇ ਹੈਗਾ। ਕੱਚੀ ਮਿੱਟੀ ਨੀ ਸਾਡੀ ਨਾ, ਤੇ ਉਸ ਤੋਂ ਬਾਅਦ ਸਾਜੀ ਜਿਹੜੀ ਗੱਲ ਜ਼ਿੰਦਗੀ ਚ ਨੀ ਸ਼ਾਇਦ ਕਿਸੇ ਨੇ ਦੱਸੀ ਹੋਣੀ, ਲੱਕੜੀ ਦੀ ਡੋਈ ਘਰ ਦੇ ਵਿੱਚ ਕੋਸ਼ਿਸ਼ ਕਰੋ ਜਿਹੜੀ ਸਿੰਗਲ ਡੋਰ ਦੀ ਫਰਿੱਜ ਹੁੰਦੀ ਹੈ ਨਾ, ਭੁੱਲ ਗਏ ਯਾਰ ਫਰਿੱਜ ਦੋਰ ਰਹੇ ਹੀ ਨਹੀਂ ਗੇ। ਤੁਸੀਂ ਕੀ ਕਹਿੰਦੇ ਸਿੰਗਲ ਸਿੰਗਲ ਡੋਰ ਦੀ ਫਰਿੱਜ ਤੁਸੀਂ ਰੱਖੋਗੇ ਮੱਛਰ ਵੀ ਨਹੀਂ ਆਣਗੇ, ਠੀਕ ਆ, ਮਿੱਟੀ ਦੀ ਹਾਂਡੀ ਚ ਤੁਸੀਂ ਖਾਣਾ ਖਾਓ, ਪਨਾਲੀ ਵਿੱਚ ਖਾਓ, ਦਮਾ ਨਹੀਂ ਹੋਏਗਾ। ਸਿਕਸ ਪੈਕ ਮੈਂ ਰੱਖੀ ਦੇ ਇਹ ਸਿਕਸ ਪੈਕ ਤੇਰੇ ਕਹਿਣ ਤੋਂ ਬਗੈਰ ਦੂਰੋਂ ਹੀ ਨਜ਼ਰ ਆ ਜਾਂਦਾ।
ਇਹ ਹਾਲੇ ਇੱਕ ਵਾ ਸਿਕਸ ਪੈਕ ਬਾਕੀ ਪੰਜ ਕਿੱਥੇ ਹੈ ਵਿਟਾਮਿਨ ਡੀ ਹੁੰਦਾ ਹੁਣ ਅਗਲੀ ਗੱਲ ਸੁਣ ਲਓ ਇੱਕ ਮੈਂ ਜਿਹੜੀ ਤੁਹਾਨੂੰ ਕਹਿਣੀ ਉਸ ਬਾਅਦ ਪ੍ਰੋਗਰਾਮ ਖਤਮ ਕਰਦੇ ਟਾਈਮ ਬਹੁਤ ਹੋ ਗਿਆ ਆਪਣਾ ਬਹੁਤ ਖਿਆਲ ਰੱਖਣਾ ਠੀਕ ਹੈ ਜੀ ਬੱਚੇ ਜਿਹੜੇ ਸਾਡਾ ਪ੍ਰੋਗਰਾਮ ਵੇਖਦੇ ਨੇ ਨਾ ਬੱਚੇ ਉਹਨਾਂ ਲਈ ਇੱਕ ਮੈਂ ਉਹਨਾਂ ਲਈ ਇੱਕ ਮੇਰੇ ਕੋਲ ਹੈਗੀ ਆ ਜਿਹੜੀ ਉਹਨੂੰ ਕੀ ਕਹਿੰਦੇ ਨੇ ਕਿਸੇ ਆਫਰ ਆਫਰ ਜਿੰਨੇ ਬੱਚੇ ਵੇਖਦੇ ਨੇ ਪੜ੍ਹਾਈ ਕਰਨੀ ਬੱਚਿਆਂ ਨੇ ਫੁੱਲ ਲਓ ਜੀ ਸੁਣ ਲਓ ਪੜ੍ਹਾਈ ਕਰਨੀ ਆ ਮੈਨੂੰ ਈਮੇਲ ਕਰਨੀ ਆ ਬੱਚਿਆਂ ਨੇ ਜਿਹੜੇ ਪਾਸ ਹੋਏ ਜਿਹੜੇ ਵਾਲਦੈਨ ਕਹਿਣਗੇ ਕਿ ਵੀ ਹਾਂ ਸਾਡਾ ਬੱਚਾ ਪਾਸ ਹੋਇਆ ਲੈਕ ਹੈ ਪੜ੍ਹ ਰਿਹਾ ਸਾਡੇ ਸ਼ੋਅ ਵੇਖ ਕੇ ਮੇਰੀ ਇਹਨਾਂ ਨੇ ਗੱਲ ਮੰਨੀ ਆ ਉਹਨੂੰ ਮੇਰੇ ਵੱਲੋਂ ਗਿਫਟ ਜਾਏਗਾ ਅਗਰ ਉਹ ਜਿਸ ਵੀ ਸ਼ਹਿਰ 'ਚ ਹੋਇਆ ਉਸ ਸ਼ਹਿਰ 'ਚ ਮੈਂ ਜਦੋਂ ਜਾਵਾਂਗਾ ਉਹਦੇ ਨਾਲ ਮੈਂ ਮਿਲਾਂਗਾ ਉਹਨੂੰ ਮੈਂ ਖਾਣਾ ਖਵਾਵਾਂਗਾ ਉਹਨੂੰ ਮੈਂ ਗਿਫਟ ਪਹਿਲੇ ਭੇਜ ਦਿਆਂਗਾ ਇਹ ਬੱਚੇ ਸੁਣ ਲਓ ਸਾਰੇ ਮੇਰੀ ਗੱਲ ਸੁਣ ਲਓ ਠੀਕ ਹੈ ਜੀ ਜਿੰਨੇ ਬੱਚੇ ਉਹ ਆਪਣੇ ਅੰਮੀ ਅੱਬੂ ਨੂੰ ਕਹਿ ਦੇਣਗੇ ਜੀ ਜਾਨੀ ਭਾਈ ਕੋ ਜਾਨੀ ਅੰਕਲ ਕੋ ਮੇਲ ਕਰਦੇ ਹਮਾਰੇ ਬਾਰੇ ਮੈਂ ਜੋ ਕਹੇਗਾ ਬੱਚਾ ਉਸਕੋ ਮੈਂ ਗਿਫਟ ਭੇਜੂਗਾ ਔਰ ਨੀਚੇ ਲਿਖ ਕੇ ਵੀ ਦੇਣਾ ਕਿ ਜਾਨੀ ਅੰਕਲ ਮੈਨੇ ਕਾਰ ਲੈਣੀ ਹੈ ਮੈਨੇ ਹੈਲੀਕਾਪਟਰ ਲੈਣਾ ਹੈ ਮੈਨੇ ਜੋ ਵੀ ਲੈਣਾ ਲੇਕਿਨ ਆਪਣੀ ਰਿਪੋਰਟਸ ਆਪਣਾ ਉਹ ਪਰਚਾ ਉਹ ਸਾਰਾ ਭੇਜਣਾ ਮੈਨੂੰ ਮਾਰਕਸ ਕਿੰਨੇ ਆਏ ਹੈ ਸਾਰੇ ਮਾਰਕਸ ਭੇਜਣੇ ਮੈਨੂੰ ਹਾਂ ਜੋ ਜੋ ਬੱਚਾ ਆਇਆ ਜਿਸ ਕੇ ਇਮਤਿਹਾਨ ਮੈਂ ਮੈਨੂੰ ਭੇਜੇ ਸਜਾਦ ਜਨੀ ਆਫੀਸ਼ੀਅਲ ਕੀ ਤਰਫ ਸੇ ਉਸਕਾ ਨਾਮ ਵੀ ਲੇਂਗੇ ਉਸਕੀ ਤਸਵੀਰ ਵੀ ਲਗਾਏਂਗੇ ਉਸਕੀ ਵੀਡੀਓ ਵੀ ਚਲਾਏਂਗੇ ਔਰ ਉਸ ਸ਼ਹਿਰ ਮੈਂ ਅਗਰ ਗਏ ਤੋ ਹਮ ਉਸੇ ਮਿਲੇਂਗੇ ਵੀ ਔਰ ਉਸੇ ਗਿਫਟ ਵੀ ਭੇਜੇਂਗੇ ये बच्चों के लिए शो देखना है ना बेटा आपने शो देखना है आप शो देखो लेकिन ये वो शो नहीं है कि जो टीवी पे लगा है उसके बाद लगना नहीं है ये आपके मामा पापा के मोबाइल में आप कभी भी देख सकते हो तो आपने पहले पढ़ाई करनी है फिर शो करना अगर पढ़ाई करोगे तो हम आपकी प्रमोशन करेंगे ठीक है ना और आपसे मुलाकात भी करेंगे अपना बहुत ख्याल रखिएगा नाज़रीन मैं तुम्हें ले देना कार अपना बहुत ख्याल रखिए नाज़रीन कल तुम फिर मुलाकात होगी अल्लाह हाफिज़